ਮਤਲਬ ਇਹਨਾਂ ਦੇ ਇਹਨਾਂ ਦੇ ਪਿੰਡ ਪਿੰਡ ਦੀ ਦੀ ਪੰਚਾਇਤ ਪੰਚਾਇਤ ਨੇ ਨੇ ਕਿਹਾ ਕਿਹਾ ਜੀ ਜੀ ਵੀ ਵੀ ਇੱਕ ਇੱਕ ਵਾਰੀ ਵਾਰੀ ਤੁਸੀਂ ਤੁਸੀਂ ਨਹੀਂ ਨਹੀਂ ਬਸ ਬਸ ਰੱਖ ਰੱਖ ਦੋ ਦੋ ਵੀ ਵੀ ਇਲੈਕਸ਼ਨ ਇਲੈਕਸ਼ਨ ਆ ਆ ਉਹ ਤਾਂ ਇਕੱਲਾ ਡੱਠਿਆਂ ਦੇ ਖੁਰਕ ਕਰਨ ਨੂੰ ਵੀ ਬਣਾਇਆ ਤੁਰਦੇ ਬਹੁਤ ਐਲੀਗੇਸ਼ਨ ਲਾਦੇ ਨੇ ਹਾਂਜੀ ਕਹਿੰਦੇ ਪ੍ਰਧਾਨ ਸਾਹਿਬ ਕਹਿੰਦੇ ਬਹੁਤ ਕੁਝ ਖਾ ਜਾਂਦੇ ਨੇ ਮੈਨੂੰ ਜੀ ਹਾਂਜੀ ਮੈਨੂੰ 1 ਰੁਪਏ ਦਾ ਅੱਜ ਤੱਕ ਕੋਈ ਕਹਦੇ ਜੀ ਤੇ ਜੁੱਤੀਆਂ ਥੋਡੀਆਂ ਹੋਣਗੀਆਂ ਸਿਰ ਮੇਰਾ ਉਹ ਚੌਂਕ 'ਚ ਬਿਠਾ ਲਈ ਇੰਨਾ ਇਮਾਨਦਾਰ ਲੀਡਰ ਸਾਨੂੰ ਤਾਂ ਪਹਿਲੀ ਵਾਰ ਮਿਲਿਆ ਦਾਰੂ ਦੂਰੂ ਅਸੀਂ ਉਹ ਕਿਸੇ ਨੂੰ ਪਿਆਉਣੀ ਨਹੀਂ ਨਾ ਕਿਤੇ ਪੀਤੀ ਹੈ ਪੀਤੀ ਹੈ ਨਾ ਮੰਤਰੀ ਸਾਹਿਬ ਸਾਡੇ ਪੀਂਦੇ ਨੇ ਐਮਪੀ ਮੀਤਹੇੜ ਦੀ ਕਹਾਣੀ ਉਸਦੇ ਜਿਗਰੀ ਆ ਟਰੱਕ ਯੂਨੀਅਨ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਸਿੱਧੂ ਦੀ ਜਵਾਨੀ ਅੱਜ ਸਾਡੇ ਮੀਡੀਆ ਨਾਲ ਰੂਬਰੂ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਨੇ ਦੱਸੀ ਸਰਦਾਰ ਮੀਤਹੇੜ ਦੀ ਕਹਾਣੀ ਅਤੇ ਪੰਜਾਬ ਦੇ ਲਈ ਦਰਦ ਮੀਤਹੇੜ ਦੇ ਦਿਲ ਵਿੱਚ ਝਲਕ ਰਿਹਾ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਕਿਸ ਤਰ੍ਹਾਂ ਬਹਾਲ ਕੀਤਾ ਜਾਵੇ ਐਮਪੀ ਮੀਤਹੇੜ ਦੇ ਵਿਕਾਸਾਂ ਬਾਰੇ ਪਾਇਆ ਚਾਨਣ ਆਉਣ ਵਾਲੇ ਸਮੇਂ ਵਿੱਚ ਕੀ ਪਲੈਨਿੰਗ ਚੱਲ ਰਹੀ ਹੈ ਆਓ ਸੁਣੀਏ ਸਰਦਾਰ ਹਰਦੀਪ ਸਿੰਘ ਦੀ ਜਵਾਨੀ ਤੁਸੀਂ ਦੇਖ ਰਹੇ ਹੋ ਦੀ ਨਿਊਜ਼ ਪੰਜਾਬ ਚੈਨਲ ਮੈਂ ਤੁਹਾਡਾ ਆਪਣਾ ਅਮਨਦੀਪ ਰਥੌੜ ਸਾਡੇ ਨਾਲ ਨੇ ਸਰਦਾਰ ਹਰਦੀਪ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਤਾਂ ਐਮਪੀ ਬਣਨ ਵਿੱਚ ਮੀਤਹੇੜ ਦਾ ਇਹਨਾਂ ਦਾ ਇੱਕ ਵੱਡਾ ਯੋਗਦਾਨ ਹੈ ਇੱਕ ਇਹਨਾਂ ਦੇ ਰਾਈਟ ਹੈਂਡ ਵੀ ਨੇ ਉਹਨਾਂ ਦੇ ਕਲਾਸ ਫੈਲੋ ਵੀ ਨੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਵੀ ਨੇ ਅੱਜ ਗੱਲ ਕਰਾਵਾਂਗੇ ਥੋੜ੍ਹੀ ਰੂਹ ਰੂਹ ਲੈ ਕੇ ਆਇਆ ਕਿ ਮੀਤਹੇੜ ਦੇ ਜਿੱਤਣ ਦੇ ਵਿੱਚ ਕਿਹਨਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਵਿੱਚ ਇੱਕ ਮਹਾਨ ਸ਼ਖਸੀਅਤ ਨੇ ਸਰਦਾਰ ਹਰਦੀਪ ਸਿੰਘ ਸਿੱਧੂ ਆਪਾਂ ਤੁਹਾਨੂੰ ਜ਼ਰੂਰ ਕਰਾਉਂਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਦੀ ਨਿਊਜ਼ ਪੰਜਾਬ ਚੈਨਲ ਤੇ ਤੁਹਾਡੇ ਆਉਣ ਦਾ ਜੀ ਥੈਂਕ ਯੂ ਜੀ ਥੈਂਕ ਯੂ ਬਾਈ ਜੀ ਆਪਾਂ ਗੱਲ ਕਰਦੇ ਹਾਂ ਜੀ ਸਰਦਾਰ ਮੀਤਹੇੜ ਮੰਤਰੀ ਜੀ ਹਾਂਜੀ ਪਹਿਲਾਂ ਐਮਐਲਏ ਰਹਿ ਚੁੱਕੇ ਨੇ ਹਾਂਜੀ ਫਿਰ ਮੰਤਰੀ ਬਣੇ ਜੀ ਬਿਲਕੁਲ ਜੀ ਹੁਣ ਐਮਪੀ ਬਣੇ ਜੀ ਹਾਂਜੀ ਪਿੱਛੇ ਕੀ ਰਾਜ ਹੈ ਤੁਸੀਂ ਉਹਨਾਂ ਦੇ ਰਾਈਟ ਹੈਂਡ ਹੋ ਤੁਸੀਂ ਬਹੁਤ ਕਲੋਜ਼ ਹੋ ਸਾਨੂੰ ਦੱਸੋ ਕਿ ਜਦੋਂ ਜਿੱਤਦੇ ਨੇ ਉਹਨਾਂ ਜਿੱਤ ਦਾ ਕਾਰਨ ਕੀ ਹੈ ਜੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਤਾਂ ਜੀ ਉਹਨਾਂ ਦੀ ਸਾਫ ਸੁਧਰੀ ਸਵੀ ਹੈ ਬੜੇ ਹੀ ਇਮਾਨਦਾਰ ਲੀਡਰ ਨੇ ਪਹਿਲੀ ਵਾਰ ਰਹੇ ਤਾਂ ਮਤਲਬ ਹੋਰ ਵੀ ਬਹੁਤ ਲੀਡਰਾਂ ਨਾਲ ਆ ਬੈਠਣੀ ਉੱਠਣੀ ਰਹੀ ਆ ਯਾਰੀ ਦੋਸਤੀ ਰਹੀ ਆ ਲੀਡਰਾਂ 'ਚ ਜੀ ਅਤੇ ਹੋਰ ਪਾਰਟੀਆਂ 'ਚ ਵੀ ਪਹਿਲਾਂ ਚਲੋ ਇਹ ਤਾਂ ਥੋੜ੍ਹੇ ਟਾਈਮ ਦੀ ਆਈ ਹੈ ਪਾਰਟੀ ਅਤੇ ਮਤਲਬ ਪਹਿਲਾ ਲੀਡਰ ਸਾਨੂੰ ਐਡਾ ਚੰਗਾ ਮਿਲਿਆ ਅਤੇ ਵੀ ਸਾਨੂੰ ਹੋਰ ਜ਼ਿਆਦਾ ਮਤਲਬ ਮਿਹਨਤ ਦੀ ਵੀ ਲੋੜ ਨਹੀਂ ਪਈ ਇੱਥੇ ਜੀ ਹਾਂਜੀ ਤੁਸੀਂ ਪਹਿਲੀ ਚੰਗੇ ਵਾਰ ਤਾਂ ਅਸੀਂ ਜ਼ਰੂਰ ਮਿਹਨਤ ਕਰੀ ਹੈ ਬਿਲਕੁਲ ਜੀ ਸਾਰਿਆਂ ਨੇ ਉਦੋਂ ਬਾਅਦ ਕੰਮ ਹੀ ਬੋਲੇ ਨੇ ਜੀ ਜੀ ਜੇ ਆਪਾਂ ਕੰਮ ਬੋਲੇ ਦੀ ਗੱਲ ਕਰੀਏ ਕਿਹੋ ਜਿਹੇ ਵਿਕਾਸ ਨੇ ਜਿਹੜੇ ਬਰਨਾਲਾ ਸ਼ਹਿਰ ਦੇ ਵਿੱਚ ਜਿੱਤ ਦੇ ਲਈ ਜਿਹੜਾ ਉਹਨਾਂ ਦਾ ਅਹਿਮ ਰੋਲ ਨਿਭਾਉਂਦੇ ਨੇ ਕੰਮਕਾਰ ਹੈਗੇ ਜੀ ਇੱਕ ਤਾਂ ਸਾਡੇ ਜਿਹੜੇ ਹਲਕੇ ਦਾ ਲਗਭਗ 33 ਪਿੰਡ ਨੇ ਉਹਨਾਂ 'ਚੋਂ ਇੱਕ ਵੀ ਪਿੰਡ ਦਾ ਕੋਈ ਛੱਪੜ ਨਹੀਂ ਛੱਡਿਆ ਜੀ ਜੀ ਸਾਰੇ ਥਾਪਰ ਮਾਡਲ ਦੇ ਥਰੂ ਬਣ ਰਹੇ ਨੇ ਬਹੁਤ ਸੋਹਣੇ ਜਿੱਥੇ ਕਿ ਮਤਲਬ ਲੋਕ ਮੂੰਹ ਤੇ ਰੁਮਾਲ ਰੱਖ ਕੇ ਲੰਘਦੇ ਸੀਗੇ ਤੁਸੀਂ ਲੰਘੇ ਵੀ ਹੋ ਜਿਵੇਂ ਫਰਵਾਹੀ ਆ ਗਿਆ ਧਨੌਲਾ ਖੁਰਦ ਆ ਗਿਆ ਹੋਰ ਨੰਗਲ ਦਾ ਆ ਗਿਆ ਜੀ ਛੱਪੜ ਸੀਗੇ ਜਿਹੜੇ ਮਤਲਬ ਉੱਥੇ ਲੰਘਣਾ ਔਖਾ ਸੀ ਲੋਕਾਂ ਨੂੰ ਖੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਉੱਥੇ ਲੋਕ ਮਤਲਬ ਇਹ ਜੀ ਆਪਣ ਵਾਸਤੇ ਵੀ ਉੱਥੇ ਸੈਰ ਕਰਨ ਆਉਂਦੇ ਨੇ ਜੀ ਮਤਲਬ ਬੈਠਦੇ ਨੇ ਸ਼ਾਮ ਨੂੰ ਆ ਕੇ ਲੋਕ ਜੀ ਤੇ ਉਹ ਚੀਜ਼ਾਂ ਕਿਤੇ ਨਾ ਬਿਲਕੁਲ ਕਿਤੇ ਰੱਖਦੇ ਨੇ ਬਿਲਕੁਲ ਜੇ ਆਪਾਂ ਬਾਈ ਜੀ ਗੱਲ ਕਰੀਏ ਤੁਸੀਂ ਉਹਨਾਂ ਦੇ ਨਾਲ ਪੜੇ ਹੋਏ ਹੋ ਜਾਂ ਫਿਰ ਤੁਹਾਡੇ ਕਿਸ ਤਰ੍ਹਾਂ ਤੁਹਾਡਾ ਉਹਨਾਂ ਨਾਲ ਕਿਆ ਜਿਹਾ ਪਿਆਰ ਸੀਗਾ ਉਹਨਾਂ ਨਾਲ ਜੀ ਸਾਡੇ ਮੰਤਰੀ ਸਾਹਿਬ ਨੂੰ ਪਰਿਵਾਰਕ ਰਿਲੇਸ਼ਨ ਨੇ ਜੀ ਜੀ ਇਹ ਕਿੰਨੇ ਕੁ ਸਾਲ ਤੋਂ ਚੱਲਦੇ ਆ ਰਹੇ ਨੇ ਜੀ ਇਹ ਤਾਂ ਛੋਟੇ ਛੋਟੇ ਹੁੰਦੇ ਤਾਂ ਮਤਲਬ ਸਾਨੂੰ ਕੋਈ ਜ਼ਿਆਦਾ ਉਹ ਵੀ ਨਹੀਂ ਸੀ ਜੀ ਵੀ ਪਤਾ ਵੀ ਨਹੀਂ ਖੇਡਦੇ ਹੀ ਹੁੰਦੇ ਉੱਤੇ ਛੋਟੇ ਛੋਟੇ ਜੀ ਉਦੋਂ ਤੋਂ ਸਾਡੀ ਮਤਲਬ ਮਿੱਤਰਤਾ ਪਰਿਵਾਰਕ ਰਿਲੇਸ਼ਨ ਨੇ ਜੀ ਜੀ ਤੇ ਇਕੱਠੇ ਸਾਡੇ ਘਰ ਵੀ ਮਤਲਬ ਨੇੜੇ ਨੇੜੇ ਸੀਗੇ ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੀ ਹਾਂਜੀ ਕਿਹੋ ਜਿਹਾ ਸੁਭਾਅ ਸੀ ਬਚਪਨ ਦਾ ਕਿਹੋ ਜਿਹੀ ਗੇਮ ਪਸੰਦ ਸੀ ਉਹਨਾਂ ਨੂੰ ਤੁਸੀਂ ਤਾਂ ਲਗਭਗ ਉਹਨਾਂ ਨਾਲ ਹੀ ਰਹੇ ਹੋ ਇਹ ਬਾਈ ਜੀ ਪਹਿਲਾਂ ਕ੍ਰਿਕਟ ਖੇਡਦੇ ਹੁੰਦੇ ਸੀਗੇ ਜੀ ਜੀ ਬੜੀ ਵਧੀਆ ਗੇਮ ਸੀ ਉਹਨਾਂ ਦੀ ਤੇ ਸਾਰਾ ਦਿਨ ਦੁਪਹਿਰਾ ਦੁਪਹਿਰਾ ਮਤਲਬ ਐਤਵਾਰ ਤਾਂ ਪੱਕੀ ਉਹਨਾਂ ਦਾ
ਵੀ ਮਤਲਬ ਇੱਥੇ ਲੰਘਦਾ ਸੀਗਾ ਆਪਣੀ ਜੀਤਾ ਸਿੰਘ ਨਗਰ ਹੈ, ਉਹਦਾ ਪਾਰਕ ਹੈ, ਉੱਥੇ ਜ਼ਿਆਦਾਤਰ ਖੇਡਦੇ ਹੁੰਦੇ ਸੀ। ਸੰਡੇ ਨੂੰ ਤਾਂ ਮਤਲਬ ਸਵੇਰ ਤੋਂ ਚੱਲ ਪੈਂਦੇ ਸੀਗੇ, ਕੋਈ ਨਾ ਰੋਟੀ ਦਾ ਨਾ ਪਾਣੀ ਦਾ, ਮਤਲਬ ਉਹਦਾ ਇਕੱਲਾ ਗੇਮ ਦੇ ਨਾਮ ਹੀ ਹੁੰਦਾ ਸੀਗਾ ਸੰਡੇ ਤਾਂ ਜੀ। ਕਿਉਂ ਇਹਨਾਂ ਦਾ ਹੋਰ ਵੀ ਕੋਈ ਭਵਿੱਖ ਸੀਗਾ ਜੇ ਹੁਣ ਤਾਂ ਰਾਜਨੀਤਿਕ 'ਚ ਆ ਗਏ, ਪਹਿਲਾਂ ਇਹਨਾਂ ਦਾ ਕੀ ਡ੍ਰੀਮ ਹੁੰਦਾ ਸੀਗਾ, ਅਸੀਂ ਕਿੱਧਰ ਜਾਣਾ, ਤੁਹਾਡਾ ਗੱਲ ਸ਼ੇਅਰ ਕਰਦੇ ਹੋਣਗੇ? ਪਹਿਲਾਂ ਇਹ IAS ਦੀ ਤਿਆਰੀ ਕਰਦੇ ਸੀਗੇ ਜੀ। ਜੀ ਹਾਂਜੀ, ਉਦੋਂ ਮੈਂ ਵੀ ਕਈ ਵਾਰ ਚੰਡੀਗੜ੍ਹ ਜਾਣਾ, ਉੱਥੇ ਰਹਿਣਾ ਇਹਨਾਂ ਕੋਲ, ਅਤੇ ਪੜ੍ਹਦੇ ਸੀਗੇ ਮੰਤਰੀ ਸਾਹਿਬ ਸਵੈਟ 'ਚ ਜੀ ਆਪਣੇ ਬਨੂੜ, ਅਤੇ ਉਦੋਂ ਬਾਅਦ IAS ਦੀ ਤਿਆਰੀ ਕਰਦੇ ਸੀਗੇ ਜੀ। ਉਦੋਂ ਤੁਸੀਂ ਲੈ ਲਓ ਅਸੀਂ ਮਤਲਬ ਜਦੋਂ ਉੱਥੇ ਰਹਿੰਦੇ ਤਾਂ 18-18 ਘੰਟੇ ਪੜ੍ਹਦੇ ਰਹੇ ਜੀ। ਕਿਆ ਬਾਤ! ਹਾਂਜੀ ਹਾਂ, ਜਿਵੇਂ ਕਿ ਸਾਧ ਨਹੀਂ ਬਣ ਜਾਂਦੇ, ਦਾੜੀ ਇੰਨੀ ਵੱਧ ਜਾਣੀ, ਅਤੇ ਸਾਰਾ ਦਿਨ ਪੜ੍ਹਾਈ। ਬਸ ਮਤਲਬ ਸਵੇਰੇ ਜਦੋਂ ਨੂੰ ਅਸੀਂ ਉੱਠਣਾ, ਸਾਡੇ ਉੱਠਣ ਤੋਂ ਪਹਿਲਾਂ ਲਾਇਬ੍ਰੇਰੀ ਹੁੰਦੇ ਸੀ ਜੀ, ਸਾਡੇ ਸੌਣ ਤੋਂ ਬਾਅਦ ਆਉਂਦੇ ਹੁੰਦੇ ਸੀ, ਮਤਲਬ ਇੰਨੀ ਜ਼ਿਆਦਾ ਮਿਹਨਤ ਨਹੀਂ। ਆਹ ਤਾਂ ਧਿਆਨ 'ਚ ਵੀ ਨਹੀਂ ਸੀਗਾ ਵੀ ਇੱਧਰ ਸਿਆਸਤ ਬਣੀ, ਉਹੀ ਤਾਂ ਗੱਲ ਹੈ ਜੀ, ਕਿੱਧਰ IAS, ਹਾਂਜੀ ਹਾਂ, ਕਿੱਧਰ ਰਾਜਨੀਤਿਕ, ਮੈਨੂੰ ਕੋਈ ਸਮਝ ਨਹੀਂ ਆਈ। ਫਿਰ ਜਦੋਂ ਕਿਸ ਤਰ੍ਹਾਂ ਇਹਨਾਂ ਨੇ ਇੱਧਰ ਆਉਣਾ, ਅੰਨਾ ਅੰਦੋਲਨ ਚੱਲਿਆ ਜੀ ਜੀ। ਹਾਂ, ਉਦੋਂ ਫਿਰ ਦਿੱਲੀ ਜਾਣ ਦਾ ਮੌਕਾ ਮਿਲਿਆ, ਕਿ ਉਦੋਂ ਲੋਕਾਂ 'ਚ ਬੜਾ ਉਤਸ਼ਾਹ ਸੀ, ਸਾਨੂੰ ਵੀ ਸੀਗਾ ਵੀ ਕੁਛ ਬਦਲਾਅ ਹੋਵੇ, ਹੋਰ ਪਾਰਟੀਆਂ 'ਚ ਅਸੀਂ ਵੀ ਦੇਖਿਆ ਸੀ ਵੀ ਕੀ ਕੁਛ ਹੋ ਰਿਹਾ, ਕੋਈ ਕੰਮ ਕਰਨ ਵਾਲੀ ਤਾਂ ਗੱਲ ਹੀ ਨਹੀਂ ਸੀਗੀ, ਸਿਆਸਤੀ ਹੋਰ ਟਾਈਪ ਦੀ ਸੀਗੀ, ਹੁਣ ਤਾਂ ਮਤਲਬ ਮੈਨੀ ਬਦਲ ਗਿਆ ਸਿਆਸਤ 'ਤੇ। ਉਦੋਂ ਫਿਰ ਉੱਥੋਂ ਜਿਵੇਂ ਚੱਲਦੇ ਚੱਲਦੇ ਫਿਰ ਫੂਲਕਾ ਸਾਹਿਬ ਨੂੰ ਟਿਕਟ ਮਿਲੀ ਲੁਧਿਆਣੇ ਤੋਂ ਜੀ। ਜੀ, ਉਹਨਾਂ ਨਾਲ ਸਾਡਾ ਬੜਾ ਪਿਆਰ ਸੀਗਾ ਫੂਲਕਾ ਸਾਹਿਬ ਨਾਲ, ਅਤੇ ਉਹਨਾਂ ਦੇ ਭਤੀਜਾ ਨੇ ਬਾਈ ਦਿਗੰਬਰ ਫੁਲਕਾ ਏ, ਅਤੇ ਬਾਈ ਗੁਰਮੀਤ ਖੇਰ ਨਾਲ ਵਧੀਆ ਸੀਗਾ ਉਹਨਾਂ ਦਾ ਪਿਆਰ। ਫਿਰ ਅਸੀਂ ਉੱਥੇ ਮਤਲਬ ਜਾਂਦੇ ਰਹੇ ਹਾਂ ਜੀ। ਉੱਥੋਂ ਬਸ ਸਟਾਰਟਿੰਗ ਹੁੰਦੀ ਹੁੰਦੀ ਫਿਰ ਇੱਧਰ ਵੱਲ ਜੋਤੇ ਲਾਤੇ ਆ 9 ਜ਼ਿਲ੍ਹਿਆਂ ਦੇ, ਫਿਰ ਘਰ ਦਿਖਾਉਂਦੇ ਟਿਕਟ ਆ ਗਈ, ਫਿਰ ਤਾਂ 440 ਸੀਗਾ। ਬਿਲਕੁਲ ਜੀ, ਬਿਲਕੁਲ, ਮਿਹਨਤ ਬਹੁਤ ਕਰੀ ਸੀ। ਜੇ ਆਪਾਂ ਮਿਹਨਤ ਦੀ ਗੱਲ ਕਰੀਏ, ਪੰਜਾਬ ਦੇ ਵਿੱਚ, ਪੰਜਾਬ ਦੇ ਲਈ ਕਿੰਨਾ ਕੁ ਦਰਦ ਹੈ ਮੰਤਰੀ ਸਾਹਿਬ ਦੇ ਦਿਲ 'ਚ? ਜੇ ਆਪਾਂ ਦਰਦ ਦੀ ਗੱਲ ਕਰੀਏ ਤਾਂ ਬਈ ਸਾਡੇ ਮੂੰਹੋਂ ਤਾਂ ਤੁਹਾਨੂੰ ਲੱਗਣਾ, ਤੁਹਾਨੂੰ ਆਮ ਲੋਕ ਵੀ ਦੱਸ ਦੇਣਗੇ ਇਹ ਚੀਜ਼ ਤਾਂ ਜੀ। ਉੱਥੇ ਨਾ ਜਦੋਂ ਕੋਈ ਬਰਨਾਲੇ ਹਲਕੇ ਦੇ ਜਾਂ ਹੋਰ ਵੀ ਹਲਕਿਆਂ ਦੇ ਆਉਂਦੇ ਨੇ ਲੋਕ ਮਿਲਣ ਆਉਂਦੇ ਆ, ਉੱਥੇ ਬੈਠ ਕੇ ਪਤਾ ਲੱਗਦਾ। ਸਵੇਰੇ ਜਿੰਨੇ ਆ ਪਹਿਲਾਂ ਮਹਿਕਮੇ ਰਹੇ ਨੇ ਬਾਈਜੀਆਂ ਕੋਲ, ਸਾਰਿਆਂ ਦੀ ਸਵੇਰੇ ਇੱਕ ਮੀਟਿੰਗ ਹੁੰਦੀ ਹੁੰਦੀ ਸੀ ਪੱਕੀ ਜੀ। ਸਵੇਰੇ ਪਹਿਲਾਂ ਕੰਮ ਹੀ ਇਹ ਹੁੰਦਾ ਸੀਗਾ ਵੀ ਕੰਮ ਜਿਹੜੇ ਸਾਡੇ ਐਂ ਵੀ ਸੋਚ ਕੇ ਜਾਂਦੇ ਵੀ ਆਹ ਕੰਮਾਂ ਦੀ ਆਪਾਂ ਰੱਖ ਲਈਏ, ਸਵਾਰ ਸਾਹ ਕਰ ਲਈਏ, ਵਿਆਹ ਕਰਵਾ ਲਾਂਗੇ, ਉਹ ਤਾਂ ਉਦੋਂ ਪਹਿਲਾਂ ਮਤਲਬ ਕੰਮ ਚੱਲ ਰਿਹਾ ਹੁੰਦਾ ਸੀਗਾ। ਪੁਰਾਣਗੀ ਵਾਲੀ ਗੱਲ ਸੀ ਵੀ ਆਪ ਵੀ ਦੇ ਲੇਵਲ 'ਤੇ ਮਤਲਬ ਚੱਲਦੇ ਸੀਗੇ, ਸੋਚਦੇ ਸੀਗੇ ਉਹ ਚੀਜ਼ਾਂ ਜਿਹੜਾ ਇੱਥੋਂ ਮਤਲਬ ਲੋਕ ਸਾਨੂੰ ਦੱਸਦੇ, ਅਸੀਂ ਗਾਹਾਂ ਦੱਸਣਾ ਹੁੰਦਾ ਵੀ ਆਹ ਚੀਜ਼ ਦੀ ਮੰਗ ਹੈ, ਉਹ ਤਾਂ ਜਦੋਂ ਉਦੋਂ ਪਹਿਲਾਂ ਕੰਮ ਚੱਲੀ ਜਾਂਦਾ ਹੁੰਦਾ ਸੀਗਾ ਜੀ। ਹਾਂਜੀ, ਜੇ ਆਪਾਂ ਗੱਲ ਕਰੀਏ MP ਇਲੈਕਸ਼ਨ ਦੀ, ਹਾਂਜੀ, ਅਤੇ ਇੱਕ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ, ਉਹਨਾਂ ਦੇ ਹਵਾ ਬਹੁਤ ਸੀਗੀ, ਬਹੁਤ ਉਹਨਾਂ ਦਾ ਨਾਮ ਸੀਗਾ ਕਿ ਸਭ ਤੋਂ ਬਾਹਰ ਹੈ ਕਿ ਇੰਨੇ 1.5 ਲੱਖ ਦੇ ਫਰਕ ਨਾਲ ਮਾਜਰੇ ਜਿੱਤ ਜਾਣਾ, ਤੁਸੀਂ ਤਾਂ ਕੰਪੇਨ ਦੇ ਨਾਲ ਰਹੇ ਹੋ, ਇਹ ਕਿਹੋ ਜਿਹਾ ਪਾਸਾ ਚੇਂਜ ਹੋਇਆ, ਕਿਸ ਤਰ੍ਹਾਂ ਹੋਇਆ? ਜਿੱਥੋਂ ਤੱਕ ਨਾਮ ਦੀ ਗੱਲ ਹੈ, ਹੁਣ ਤਾਂ ਨਾਮ ਤਾਂ ਮੰਤਰੀ ਸਾਹਿਬ ਦਾ ਛੋਟਾ ਨਹੀਂ ਰਿਹਾ ਜੀ, ਉਹ ਵੀ ਬਹੁਤ ਵੱਡੀ ਗੱਲ ਬਣ ਗਈ। ਬਿਲਕੁਲ ਜੀ, ਬਿਲਕੁਲ, ਬਾਕੀ ਤੁਹਾਨੂੰ ਮੈਂ ਦੱਸਿਆ ਕੰਮ ਤਾਂ ਕਿਤੇ ਨਾ ਕਿਤੇ ਆਉਂਦੇ ਨੇ, ਉਹ ਇਕੱਲੀ ਮਤਲਬ ਗੱਲਾਂ ਵਾਲੀ ਸਿਆਸਤ ਨਹੀਂ ਹੈਗੀ ਜੀ, ਵੀ ਇਕੱਲਾ ਬਸ ਬਿਆਨ ਦੇ ਤੇ ਹੋ ਗਿਆ, ਮਤਲਬ ਕੰਮ ਹੋਇਆ। ਹੁਣ ਤੁਹਾਨੂੰ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਸਾਡੇ ਇੱਥੇ ਪੈਪ ਲਾਈਨ ਪਈ ਹੈ ਜੀ ਹੰਡਿਆਏ ਜੀ, ਠੀਕ ਹੈ ਜੀ, ਉਹਦਾ ਉਦਘਾਟਨ ਜਿੱਦੇ ਉਹਦਾ ਪਾਣੀ ਛੱਡਣਾ ਸੀ ਉਹਦੇ ਕਰਿਆ, ਉਹਦਾ ਕੋਈ ਨੀਂਹ ਪੱਥਰ ਨਹੀਂ, ਕੋਈ ਹੋਰ ਨਹੀਂ। ਆਹ ਮੇਰੇ ਮਿੱਤਰ ਬੈਠੇ ਨੇ ਬਾਬਾ ਜੀ, ਇਹਨਾਂ ਦੇ ਪਿੰਡ ਦਾ ਸੀ ਛੱਪੜ ਦਾ ਜੀ, ਜੀ ਉਹਦੀ ਗ੍ਰਾਂਟ ਖਾਤੇ 'ਚ ਆ ਗਈ, ਠੀਕ ਹੈ ਜੀ, ਜਦੋਂ ਖਾਤੇ 'ਚ ਆ ਗਈ ਉਹ ਤਾਂ ਕੰਮ ਤਾਂ ਚੱਲਣਾ ਹੀ ਸੀਗਾ ਜੀ। ਬਿਲਕੁਲ, ਮਤਲਬ ਇਹਨਾਂ ਦੇ ਪਿੰਡ ਦੀ ਪੰਚਾਇਤ ਨੇ ਕਿਹਾ ਜੀ ਵੀ ਇੱਕ ਵਾਰੀ ਤੁਸੀਂ ਨੀਂਹ ਪੱਥਰ ਰੱਖ ਦਿਓ ਵੀ ਇਲੈਕਸ਼ਨ ਆ, ਮੰਤਰੀ ਸਾਹਿਬ ਨੂੰ ਇਹੀ ਕਹੋ ਗਿਆ, ਕਹਿੰਦੇ ਵੀ ਕੰਮ ਹੋਣ ਦਿਓ, ਉਦਘਾਟਨ ਨਹੀਂ ਕਰਕੇ ਜਾਵਾਂਗੇ ਜੀ, ਇਕੱਲੇ ਇਕੱਲੇ ਨੀਂਹ ਪੱਥਰ ਨਹੀਂ ਰੱਖੇ, ਇਹ ਨਹੀਂ ਹੈਗਾ ਜਿਵੇਂ ਪਹਿਲਾਂ ਵੀ ਆਉਂਦੇ ਹੁੰਦੇ ਮੁੜ ਕੇ ਢੱਠੇ ਰੁਕੀ ਜਾਂਦੇ ਸੀਗੇ ਉਹਨਾਂ ਨਾਲ, ਤੁਸੀਂ ਹੰਡਿਆਏ ਦੀ ਗੱਲ ਕਰ ਰਹੇ ਹੋ, ਸਰਕਾਰੀ ਹਸਪਤਾਲ ਉੱਥੇ ਆਉਣਾ ਸੀਗਾ,
ਹਾਂਜੀ ਫਿਰ ਉਹ ਮੰਤਰੀ ਸਾਹਿਬ ਧਿਆਨ ਚ ਉਹ ਆਊਗਾ ਕਿ ਹਾਲੇ ਕਾਗਜ਼ ਜੀ ਰਹਿ ਗਿਆ। ਉਹ ਤਾਂ ਇਕੱਲਾ ਢੱਠਿਆਂ ਦੇ ਖੁਰਕ ਕਰਨ ਨੂੰ ਵੀ ਬਣਾਇਆ ਸੀਗਾ ਜੀ, ਹੋਰ ਕੁਛ ਨਹੀਂ ਸੀ ਇਸ ਤੋਂ ਬਾਅਦ ਜੀ। ਆਪਣੇ ਮੰਤਰੀ ਸਾਹਿਬ ਇਹ ਨਹੀਂ ਹੈਗਾ ਇਕੱਲੇ, ਮਤਲਬ ਨੀਂਹ ਪੱਥਰ ਤਾਂ ਕਹਿੰਦੇ ਰੱਖਣੀ ਨਹੀਂ, ਜੀ ਕੰਮ ਕਰਾ ਕੇ ਉਹਦਾ ਘਾਟ ਨਹੀਂ ਕਰਨੇ ਨੇ। ਤੇ ਹੁਣ ਕੀ ਡਰੀਮ ਹੈ ਮੰਤਰੀ ਸਾਹਿਬ ਦਾ? ਹੁਣ ਮੈਂ MP ਸਾਹਿਬ ਬਣ ਚੁੱਕੇ ਨੇ ਹੁਣ ਤਾਂ, ਕਿਉਂਕਿ ਦੇਖਿਓ ਜੀ ਆਪਾਂ 9 ਹਲਕਿਆਂ ਦੇ ਉਹਨਾਂ ਨੂੰ ਸੇਵਾ ਦੇਤੀ ਜੀ। ਹਾਂਜੀ ਹੁਣ ਉਹਨਾਂ ਕੀ ਡਰੀਮ ਹੈ, ਕੋਈ ਕਾਲਜ ਦਾ, ਕੋਈ ਵੱਡਾ ਹਸਪੀਟਲ ਦਾ, ਜਿਸ ਤਰ੍ਹਾਂ ਕਿ ਆਪਣਾ ਬਠਿੰਡੇ ਬਣਿਆ ਹੋਇਆ, PGI ਚੰਡੀਗੜ੍ਹ ਹੈ, ਅੱਜ ਕੱਲ੍ਹ ਦੇ ਲੋਕ ਬਹੁਤ ਪਰੇਸ਼ਾਨ, ਬਹੁਤ ਨੇ ਬਿਮਾਰੀ ਨਾਲ ਘਿਰੇ ਹੋਏ ਨੇ, ਉਹਨਾਂ ਨੂੰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਅਤੇ ਵੱਡੇ ਸ਼ਹਿਰਾਂ 'ਚ ਵੱਡਾ ਇਲਾਜ, ਮਹਿੰਗਾ ਇਲਾਜ, ਕੋਈ ਇਹੋ ਜਿਹਾ ਕੋਈ ਡਰੀਮ ਹੈ ਮੰਤਰੀ ਸਾਹਿਬ ਦਾ ਕਿ ਆਪਣੇ ਹਲਕੇ ਲਈ? ਹੋਸਪਿਟਲ ਦਾ ਤਾਂ ਆਪਣੇ ਆਲਰੇਡੀ ਕੰਮ ਚੱਲ ਹੀ ਰਿਹਾ ਜੀ, ਸਰਕਾਰੀ ਦਾ ਜੀ ਕੰਮ ਚੱਲੀ ਜਾਂਦਾ। ਧਨੌਲੇ ਕਾਲਜ ਆ ਰਿਹਾ ਜੀ, ਜੀ ਉਹ ਵੀ ਜਲਦੀ ਵੀ ਮਤਲਬ ਉਹਦਾ ਕੰਮ ਸਟਾਰਟ ਆ। ਸਪੋਰਟਸ ਨੂੰ ਬਹੁਤ ਪਿਆਰ ਕਰਦੇ ਨੇ ਮੰਤਰੀ ਸਾਹਿਬ, ਹਾਂਜੀ ਕਹਿੰਦੇ ਕ੍ਰਿਕਟ ਦੇ ਬਹੁਤ ਸ਼ੌਕੀਨ ਨੇ, ਹਾਂਜੀ ਰਾਜਨੀਤੀ ਵੀ ਛੱਕੇ ਲਾਉਂਦੇ ਨੇ, ਉਹ ਵੀ ਛੱਕੇ ਲਾਉਂਦੇ ਨੇ, ਹੁਣ ਨੌਜਵਾਨ ਛੱਕੇ ਲਾਉਣ ਦੇ ਲਈ ਤਿਆਰ ਨੇ। ਹਾਂਜੀ ਕੋਈ ਉਹਨਾਂ ਲਈ ਅਕੈਡਮੀ ਖੇਡਾਂ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਜੀ, ਜੀ ਗਰਾਊਂਡ ਵੀ ਆ ਰਿਹਾ ਜੀ, ਆਪਣੇ ਸਟੇਡੀਅਮ ਬਣਨ ਲੱਗਿਆ ਹੰਡਾਏ ਜੀ ਜਿੱਥੇ ਲੁੱਕ ਪਲਾਂਟ ਹੁੰਦਾ ਸੀ, ਠੀਕ ਹੈ ਜੀ, ਹੋਰ ਵੀ ਸਟੇਡੀਅਮ ਆਪਣੇ ਹੋਰ ਹਲਕਿਆਂ 'ਚ ਵੀ ਦੇਣੇ ਨੇ। ਬਾਕੀ ਹੋਰ ਜਿਵੇਂ ਤਾਂ ਸਟੂਡੈਂਟ ਅੱਗੇ ਮਤਲਬ ਗਰੀਬ ਘਰੋਂ ਸੀ, ਉਹਨਾਂ ਦੇ ਵਿਚਾਰਿਆਂ ਦੇ ਸੁਪਨੇ ਉੱਥੇ ਟੁੱਟ ਜਾਂਦੇ ਸੀਗੇ, ਉਹ ਖਰਚਾ ਬਹੁਤ ਆਉਂਦਾ ਜੀ ਉਹਨਾਂ ਲਈ, ਖੁਰਾਕ ਵੀ ਚਾਹੀਦੀ ਆ, ਮਤਲਬ ਕਿੱਟਾਂ ਵੀ ਚਾਹੀਦੀਆਂ ਹੋਰ, ਇਹ ਚੀਜ਼ ਨੂੰ ਤਾਂ ਮੰਤਰੀ ਸਾਹਿਬ ਤੁਸੀਂ ਕੋਈ ਨਾ ਬੱਚਾ ਭੇਜ ਕੇ ਦੇਖ ਲਓ ਜਿਹੜਾ ਖੇਡਣ ਵਾਲਾ, ਦਫ਼ਤਰ ਭੇਜ ਦਿਓ, ਇਹ ਚੀਜ਼ ਦਾ ਜਵਾਬ ਹੀ ਨਹੀਂ, ਉਹਨੂੰ ਮੌਕੇ 'ਤੇ ਮਿਲ ਜੂ ਕਿੱਟਾ ਜੀ, ਠੀਕ ਹੈ ਜੀ। ਹੁਣ ਧਨੌਲੇ ਖੁਰਦ ਇੱਕ ਮਤਲਬ ਕੁੜੀ ਪਹਿਲਾਂ ਪੁਲਿਸ 'ਚ ਆ, ਉਹ ਪਹਿਲਾਂ ਖੇਡ ਕੇ ਹੀ ਹੈ, ਠੀਕ ਹੈ ਜੀ, ਉਹ ਹੁਣ ਨਵੇਂ ਬੱਚੇ ਜੋੜ ਰਹੀ ਹੈ ਜੀ, ਬਹੁਤ ਮਿਹਨਤ ਕਰ ਰਹੀ ਹੈ ਕੁੜੀ, ਉਹ ਨਾਲ ਉਹਦਾ ਭਰਾ ਗਾ ਭੈਣ ਭਰਾ ਨਹੀਂ ਸਕਿਆ ਜੀ, ਉਹਨਾਂ ਨੂੰ ਹੁਣ ਕਿੱਟ ਮੇਰੇ ਖਿਆਲ 'ਚ 100-125 ਕਿੱਟ ਦੇਣੀ ਆ, ਛੋਟੇ ਛੋਟੇ ਬੱਚੇ ਉਹ ਇੰਨੇ ਤਿਆਰ ਕਰ, ਉੱਥੇ ਐਡੀ ਖੁਸ਼ੀ ਹੁੰਦੀ ਆ, ਹੁਣ ਉੱਥੇ ਵੀ ਗਰਾਊਂਡ ਦੇ ਰਹੇ ਆ ਜੀ ਧਨੌਲਾ ਖੁਰਦ 'ਚ। ਅਤੇ ਜੇ ਆਪਾਂ ਗੱਲ ਕਰੀਏ ਤਾਂ ਕਰਪਸ਼ਨ ਦੀ, ਬਰਨਾਲਾ ਸ਼ਹਿਰ ਦੇ ਵਿੱਚ ਕਹਿੰਦੇ ਵੀ ਕਰਪਸ਼ਨ ਬਹੁਤ ਹੋ ਰਹੀ ਹੈ, ਅਫਸਰਸ਼ਾਹੀ ਲੁੱਟ ਰਹੀ ਹੈ, ਡਾਕਟਰਾਂ ਵੱਲੋਂ ਪ੍ਰਾਈਵੇਟ, ਸਰਕਾਰੀ ਡਾਕਟਰ ਵੱਲੋਂ ਪ੍ਰਾਈਵੇਟ ਇਲਾਜ, ਉਹਦਾ ਆਪਣਾ ਹੋਸਪਿਟਲ ਬਣਾ ਕੇ OPD ਕੀਤੀ ਜਾ ਰਹੀ ਹੈ, ਇਹ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਜਾਂ ਫਿਰ ਇਹ ਸੁਰਖੀਆਂ ਵਿੱਚ ਹੀ ਆ? ਨਹੀਂ, ਜਿੱਥੋਂ ਤੱਕ ਮੈਨੂੰ ਤਾਂ ਨਹੀਂ ਕਦੇ ਲੱਗਿਆ ਜੀ, ਜਿੰਨੇ ਆਏ ਮੈਂ ਤਾਂ ਇੱਕ ਵੀ ਬੰਦੇ ਨੇ ਦੱਸਿਆ ਹੋਵੇ ਸਾਤੂ ਕਹਿੰਦੇ ਪੈਸੇ ਦੀ ਮੰਗ ਕਰੀ ਆ ਜੀ, ਇਹ ਤਾਂ ਹੁਣ ਤਾਂ ਛੱਡੋ, ਅਸੀਂ ਪਹਿਲਾਂ ਵੀ ਨਹੀਂ ਪੈਸਾ ਤਾਂ ਕਿਸੇ ਨੂੰ ਦੇਣ ਦਿੱਤਾ ਸੀਗਾ ਜੀ, ਜਦੋਂ ਮੰਨ ਲਓ ਸਰਕਾਰ ਨਹੀਂ ਸੀਗੀ ਜੀ, MLA ਸੀਗੇ, ਪੈਸਾ ਤਾਂ ਕਦੇ ਉਦੋਂ ਵੀ ਨਹੀਂ ਕਿਸੇ ਦਾ ਲੱਗਣ ਦਿੱਤਾ ਸੀਗਾ ਜੀ, ਹੁਣ ਤਾਂ ਮਤਲਬ ਗੱਲ ਹੀ ਕੀ ਹੈ ਵੀ ਕੋਈ ਪੈਸਾ ਲੈ ਜਾਓ ਜੀ। ਹਾਂਜੀ, ਸੁਣਨ 'ਚ ਆਇਆ ਕਹਿੰਦੇ ਵੀ ਆਮ ਪਾਰਟੀ ਦੇ ਨਾਂ 'ਤੇ ਬਹੁਤ ਜਿਹੜੇ ਕੋਈ ਅਹੁਦੇਦਾਰ ਨੇ ਜਾਂ ਹੋਰ ਨੇ ਕਰਪਸ਼ਨ 'ਤੇ ਧਿਆਨ ਦਿੱਤਾ ਜਾ ਰਿਹਾ? ਨਹੀਂ, ਸਾਡੇ ਇਹ ਚੀਜ਼ ਦੀ ਤਾਂ ਮਾਫ਼ੀ ਨਹੀਂ ਹੈਗੀ ਜੀ, ਜੇ ਕੋਈ ਇਹ ਚੀਜ਼ ਕਰਦਾ ਜੀ। ਹਾਂਜੀ, ਇਹ ਬਾਕੀ ਹੋਰ ਆ ਨਾ ਜੀ, ਹੁਣ ਮੰਨ ਲਓ ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਹਾਂ ਜੀ, ਜੇ ਮੈਨੂੰ ਮੂਹਰੋਂ ਕੋਈ ਅੱਗੇ ਕੀ ਸੀ ਟਰੱਕ ਯੂਨੀਅਨ ਦਫ਼ਤਰ 'ਚ ਲਾਉਂਦੀਆਂ ਹੁੰਦੀਆਂ ਸੀ, ਗੱਲ ਤੁਹਾਡੇ ਤੇ ਬਹੁਤ ਐਲੀਗੇਸ਼ਨ ਆਉਂਦੇ ਨੇ, ਕਹਿੰਦੇ ਪ੍ਰਧਾਨ ਸਾਹਿਬ ਕਹਿੰਦੇ ਬਹੁਤ ਕੁਝ ਖਾ ਜਾਂਦੇ ਨੇ, ਮੈਨੂੰ ਜੀ ਹਾਂਜੀ ਮੈਨੂੰ 1 ਰੁਪਏ ਦਾ ਅੱਜ ਤੱਕ ਕੋਈ ਕਹਦੇ ਜੀ, ਤੇ ਜੁੱਤੀਆਂ ਤੁਹਾਡੀਆਂ ਹੋਣਗੀਆਂ ਸਿਰ ਮੇਰਾ, ਉਹ ਚੌਂਕ 'ਚ ਬਿਠਾ ਲਿਓ, ਤੁਹਾਡੇ ਟਰੱਕ ਆਪਰੇਟਰ ਹੀ ਕਹਿੰਦੇ ਨੇ ਕਹਿੰਦੇ ਸਾਡਾ, ਕਹਿੰਦੇ ਵੀ ਪ੍ਰਧਾਨ ਸਾਹਿਬ ਕਹਿੰਦੇ ਵੀ ਅਸੀਂ ਬਹੁਤ ਕੁਛ ਕਹਿੰਦੇ ਵੀ ਸਾਡੇ ਟਰੱਕ ਨੂੰ ਘਪਲੇ ਹੁੰਦੇ ਨੇ, ਕੋਈ ਅਹੁਦੇਦਾਰ ਕਹਿੰਦੇ ਨੇ ਬਹੁਤ ਕੁਛ ਕਹਿੰਦੇ ਨੇ, ਆਪਣੀ ਜੁਨੀ ਬਰਨਾਲਾ ਜੁਨੀ ਦਾ ਮਤਲਬ ਵੀ ਨਹੀਂ ਕੋਈ ਇੱਕ ਵੀ ਕੋਈ ਘਪਲਾ ਹੋ ਗਿਆ ਹੋਵੇ ਜੀ, ਜੀ ਮੈਂ ਤਾਂ ਰੇਟ ਸਕਦਾ ਜਿਹੜਾ 33 ਬੱਬ 'ਤੇ ਸੀਗੇ ਜੀ, ਉਹ ਤੋਂ 100 ਬੱਬ 'ਤੇ ਲੈ ਕੇ ਗਏ ਆ ਰੇਟ ਜੀ, ਉਹ ਜੇ ਘਪਲੇ ਕਰਕੇ ਤਾਂ ਆਉਣਾ ਨਹੀਂ ਸੀਗਾ, ਬਿਲਕੁਲ ਜੀ, ਫਿਰ ਤਾਂ ਵੱਧ ਤੋਂ ਵੱਧ ਮੈਂ 33 ਤੋਂ 43 ਕਰ ਲੈਂਦਾ ਹੱਦ ਜੀ, ਜੇ ਉਹ 'ਚ ਕੁਛ ਲੈਣਾ ਹੁੰਦਾ, ਹੁਣ ਜਿਹਦਾ ਮੈਂ 100 ਬੱਬ ਲੈ ਗਿਆ, 109 ਬੱਬ 'ਤੇ ਜਾਂ 8 ਬੱਬ 'ਤੇ ਹੈਗਾ ਸੀਗਾ, ਬਾਕੀ ਉਹ 'ਚ ਖਰਚੇ ਹੋਣੇ ਆ ਇਹਨਾਂ ਦੇ ਠੇਕੇਦਾਰਾਂ ਦੇ ਵੀ, ਹੁਣ ਉਹ 'ਚ ਕੀ ਉਹ ਆਪ ਰੱਖਣਗੇ ਕੀ ਮੈਨੂੰ ਦੇਣਗੇ ਜੀ। ਬਾਕੀ ਦੂਜੀ ਗੱਲ ਆ ਜੀ, ਪਹਿਲਾਂ ਯੂਨੀਅਨਾਂ ਚਲਾਉਂਦੀਆਂ ਸੀਗੀਆਂ ਦਫ਼ਤਰ ਜੀ, ਪਾਰਟੀਆਂ ਦੇ ਸੁਣਨ 'ਚ ਆਉਂਦਾ ਸੀਗਾ, ਬਿਲਕੁਲ ਜੀ ਬਿਲਕੁਲ, ਹੈਗਾ ਵੀ ਤੁਸੀਂ ਤਾਂ ਵਿਚ ਰਹੇ ਹੋ ਲੋਕਾਂ 'ਚ, ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਹੁਣ ਮੈਨੂੰ ਮੰਤਰੀ ਸਾਹਿਬ ਨਹੀਂ ਦਫ਼ਤਰ ਬਣੀ ਸਾਨੂੰ 1 ਰੁਪਏ ਦੀ ਨਹੀਂ ਮਤਲਬ ਵੰਗਾਰ ਹੈਗੀ ਜੀ,
ਹੁਣ ਜ਼ਾਹਰ ਜੀ ਗੱਲ ਹੈ, ਜੇ ਮੈਨੂੰ ਦਫ਼ਤਰ ਬੰਨੀ ਪੰਗਾਰ ਪਊ ਫੇਰ ਹੀ ਮੈਂ ਖਾਊਂਗਾ ਅੰਮ੍ਰਿਤ ਕੁਛ। ਬਿਲਕੁਲ ਠੀਕ ਹੈ ਜੀ, ਮੈਨੂੰ ਦਫ਼ਤਰ ਬੰਨੀ 2 ਲੱਖ ਦੀ ਪੰਗਾਰ ਆ ਤਾਂ ਘੱਟੋ ਘੱਟ ਮੈਂ 4-5 ਨਾਲ ਸਰੂੰ, ਫਿਰ ਕਿਸੇ ਮੁਨਸ਼ੀਆਂ ਨੂੰ ਵੀ ਦਊ, ਇਕੱਲਾ ਤਾਂ ਖਾ ਨਹੀਂ ਸਕਦਾ, ਫਿਰ 2 ਲੱਖ ਆਪਦਾ ਵੀ ਰੱਖੂ, ਫਿਰ 2 ਚ ਵੀ ਦਊਗਾ। ਅੱਜ ਮੈਨੂੰ 1 ਰੁਪਈਏ ਦੀ ਪੰਗਾਰ, ਮੈਨੂੰ ਲੋੜ ਕੀ ਹੈ ਜੀ, ਮੈਂ ਬਿਨਾਂ ਗੱਲ ਤੋਂ ਕਲੰਕ ਲਵਾਂ ਮੂੰਹ ਗੱਲ ਕਰਾਊਂਗਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਕਹਿੰਦੇ ਵੀ ਐਮਪੀ ਇਲੈਕਸ਼ਨ ਦੇ ਵਿੱਚ ਸਟਾਰਟ ਉੱਪਰ ਹੀ ਹੋਣੀ ਹੁੰਦੀ ਹੈ ਜੀ। ਕਹਿੰਦੇ ਐਮਪੀ ਇਲੈਕਸ਼ਨ ਵਿੱਚ ਕਹਿੰਦੇ ਫੰਡ ਹੀ ਬਹੁਤ ਲੱਗੇ ਨੇ ਆਮ ਪਾਰਟੀ ਦੇ, ਖਰਚੇ ਬਹੁਤ ਕੀਤੇ ਨੇ, ਇਹ ਕਿੱਥੋਂ ਆਏ ਨੇ? ਸਾਡਾ ਖਰਚਾ ਕਦੋਂ ਆਉਣਾ ਸੀਗਾ ਜੀ? ਨਾ ਤੁਹਾਡੀਆਂ ਗੱਡੀਆਂ ਚੱਲਦੀਆਂ ਸੀ, ਤੁਸੀਂ ਆਪ ਤੁਹਾਡੇ ਨਾਲ 3-4 ਗੱਡੀਆਂ ਚੱਲਦੀਆਂ ਸੀ ਸਾਡੇ ਨਾਲ, ਜਿੰਨੇ ਯਾਰ ਦੋਸਤ ਸੀ ਪਹਿਲਾਂ 17 ਵਾਲੀ ਇਲੈਕਸ਼ਨ ਤੋਂ ਲੈ ਕੇ ਜੀ, ਸਾਡੇ ਯਾਰ ਮਿੱਤਰੀ ਬਸ ਉਹ ਚਲਾਉਂਦੇ ਸੀ, ਕਿਸੇ ਨੇ ਅੱਜ ਤੱਕ ਵੀ ਤੇਲ ਤਾਂ ਛੱਡੋ, ਕਿਸੇ ਨੇ ਰੋਟੀ ਵੀ ਨਹੀਂ ਉਹ ਕਰੀ, ਰੋਟੀ ਵੀ ਲੋਕ ਆਪਦੇ ਘਰਾਂ ਚ ਰੱਖੀ ਬੈਠੇ ਹੁੰਦੇ ਸੀ, ਰੋਟੀ ਆਪ ਦੀ ਖਾਂਦੇ ਸੀ। ਹਾਂਜੀ ਹਾਂ ਬਿਲਕੁਲ ਜੀ, ਸਾਡੇ ਸਵੇਰੇ ਘਰੋਂ ਰੱਖ ਕੇ ਲੈ ਜਾਂਦੇ ਸੀਗੇ, ਪਾਣੀ ਤੇ ਰੋਟੀ ਸਾਡੀ ਕਾਰਾਂ ਚ ਪਈ ਹੁੰਦੀ ਸੀਗੀ। ਇਹ ਤਾਂ ਤੁਹਾਡੇ ਵਿਰੋਧੀ ਧਿਰੀ ਕਹਿ ਰਹੇ ਨੇ, ਕਹਿੰਦੇ ਵੀ ਜਿੰਨਾ ਖਰਚਾ ਆਮ ਪਾਰਟੀ ਨੇ ਕੀਤਾ 2 ਦਿਨ ਪਹਿਲਾਂ ਇਹਨਾਂ ਨੇ ਵੋਟਾਂ ਖਰੀਦ ਲਈਆਂ ਲੋਕਾਂ ਨੂੰ ਲਾਲਚ ਦੇਤੇ, ਤਾਂ ਕਹਿੰਦੇ ਤਾਂ ਜਿੱਤ ਗਏ। ਇੱਕ ਸਿੰਗਲ ਵੋਟ ਵੀ ਖਰੀਦੀ ਹੋਵੇ ਜੀ ਅਸੀਂ ਮੂਦਰਾਂ ਦਾੜੀ ਬਣਾ ਦਾਂਗੇ, ਹੋਰ ਦੱਸੋ। ਇੱਕ ਸਿੰਗਲ ਵੋਟ, ਦਾਰੂ ਦੂਰੂ ਅਸੀਂ ਉਹ ਕਿਸੇ ਨੂੰ ਪਿਆਉਣੀ ਨਹੀਂ, ਨਾ ਆਪ ਕਦੇ ਕੀਤੀ ਹੈ ਪੀਤੀ ਹੈ, ਨਾ ਮੰਤਰੀ ਸਾਹਿਬ ਸਾਡੇ ਪੀਂਦੇ ਨੇ। ਜਿਹੜਾ ਆਪਾਂ ਗੱਲ ਕਰੀਏ ਸੀਐਮ ਸਾਹਿਬ ਦੀ, ਮੰਤਰੀ ਸਾਹਿਬ ਨਾਲ ਚਲੋ ਤੁਹਾਡੀ ਇੱਕ ਡਿਸਕਸ ਹੁੰਦੀ ਹੈ, ਤੁਸੀਂ ਐਜ ਏ ਫਰੈਂਡ ਕਰਦੇ ਹੋ, ਹਾਂਜੀ ਗੱਲਬਾਤ ਕਰਦੇ ਹੋ ਕਿ ਮੁੱਖ ਮੰਤਰੀ ਸਾਹਿਬ ਦੇ ਆਉਣ ਵਾਲੇ ਪ੍ਰੋਜੈਕਟ ਕੀ ਨੇ ਪੰਜਾਬ ਦੇ ਲਈ, ਨਸ਼ਿਆਂ 'ਤੇ ਕੀ ਚੱਲ ਰਿਹਾ, ਨੌਜਵਾਨੀ ਨੂੰ ਬਚਾਉਣ ਲਈ ਕੀ ਚੱਲ ਰਿਹਾ, ਕੀ ਪ੍ਰੋਸੈਸ ਚੱਲ ਰਿਹਾ, ਨੌਜਵਾਨ ਬਾਹਰ ਜਾ ਰਿਹਾ ਫੋਰਨ ਕੰਟਰੀ ਵਿੱਚ ਜਾ ਰਿਹਾ, ਨੌਜਵਾਨ ਪੰਜਾਬ ਦਾ ਖਤਮ ਹੋਣ ਦੇ ਤੌਰ 'ਤੇ ਆਇਆ ਹੋਇਆ, ਪੰਜਾਬ ਖਾਲੀ ਹੋ ਰਿਹਾ ਨਸ਼ਿਆਂ 'ਤੇ। ਤਾਂ ਜੀ ਹੁਣ SSP ਸਾਹਿਬਾਨਾਂ ਦੀ ਵੀ ਮੀਟਿੰਗ ਲੈਤੀ ਹੈ ਜੀ ਸੀਐਮ ਸਾਹਿਬ ਨੇ, ਇੰਨੀ ਜ਼ਿਆਦਾ ਸਖਤਾਈ ਹੈ, ਹੁਣ ਇਹ ਚੀਜ਼ ਦੀ ਤਾਂ ਸਿਫਾਰਿਸ਼ ਹੀ ਨਹੀਂ ਹੈਗੀ ਕੋਈ ਜੀ। ਠੀਕ ਹੈ ਜੀ, ਤੁਸੀਂ ਦੇਖ ਲਓ ਕੋਈ, ਜੇ ਕੋਈ ਫੜਿਆ ਜਾਂਦਾ ਕੋਈ ਚਿੱਟੇ ਵਾਲਾ ਜਾਂ ਹੋਰ, ਉਹਨੂੰ ਕਹਿੰਦੇ ਸਿਫਾਰਿਸ਼ ਕਰਾ ਕੇ ਕਢਾ ਕੇ ਦੇਖੋ ਜੀ, ਇੱਕ ਵੀ ਕੋਈ ਜਿੱਡਾ ਮਰਜ਼ੀ ਬੰਦਾ ਕੋਈ ਮਾੜਾ ਚਾਹੇ ਚੰਗਾ, ਇਹ ਚੀਜ਼ ਦੀ ਤਾਂ ਮਾਫ਼ੀ ਨਹੀਂ ਹੈਗੀ, ਨਾ ਹੀ ਸਾਡੇ ਦਫ਼ਤਰ 'ਚੋਂ ਸਿਫਾਰਿਸ਼ ਹੈਗੀ ਨਸ਼ੇ ਬਣਨ 'ਚ, ਹੋਰ ਕੰਮ ਆ ਉਹ ਜੀ ਸਦ ਕੇ ਅੱਧੀ ਰਾਤ ਨੂੰ ਉਠਾਲੇ ਕੋਈ, ਪਰ ਨਸ਼ੇ ਵਾਲੇ ਦਾ ਤਾਂ ਉਹਨੂੰ ਪੰਜਾਬੀ 'ਚ ਹੀ ਜਵਾਬ ਆ ਜੀ। ਜੇ ਪ੍ਰਧਾਨ ਸਾਹਿਬ ਆਪਾਂ ਰੁਜ਼ਗਾਰ ਦੀ ਗੱਲ ਕਰੀਏ, ਹਾਂਜੀ ਨੌਜਵਾਨ ਬੇਰੁਜ਼ਗਾਰ ਹੋ ਕੇ ਬਾਹਰ ਜਾ ਰਹੇ ਨੇ, ਤੁਹਾਡੀ ਸਰਕਾਰਾਂ ਕੀ ਕਰ ਰਹੀਆਂ ਨੇ? ਨਹੀਂ ਹੁਣ ਆਪਣੇ ਬਹੁਤ ਦਿੱਤੀਆਂ ਜੀ ਨੌਕਰੀਆਂ, ਆਪਣੇ ਹਰੇਕ ਮੈਨੂੰ ਲੱਗਦਾ ਪਿੰਡ 'ਚ ਕਿਤੇ 2 ਕਿਤੇ 4, ਇੱਕ ਪਿੰਡ 'ਤੇ ਮੇਰੇ ਖਿਆਲ 'ਚ ਗੁਮਟੀ ਆ ਜਾਂ ਉੱਥੇ 14 ਜਾਂ 16 ਵੀ ਹੋਏਗੇ ਜੀ, ਬਿਨਾਂ ਸਿਫਾਰਸ ਤੋਂ, ਬਿਨਾਂ ਕੋਈ ਪੈਸਾ ਲੱਗੇ ਜੀ, ਜਿਹੜਿਆਂ ਨੇ ਮਤਲਬ ਦਿਮਾਗ 'ਚ ਵੀ ਨਹੀਂ ਸੀ ਆਇਆ ਉਹਨਾਂ ਦੇ, ਗਰੀਬ ਬੰਦੇ ਨੇ ਜੀ, ਉਹ ਮੈਨੂੰ ਇੱਕ ਭਰਾ ਮਿਲ ਕੇ ਗਿਆ, ਉਹ ਕਹਿੰਦਾ ਬਾਈ ਜੀ ਮੈਂ ਤਾਂ ਫੀਸਾਂ ਵੀ ਮਤਲਬ ਫੜ ਤੜ ਕੇ ਉਹ ਕਰਦਾ ਸੀਗਾ ਜੀ। ਠੀਕ ਹੈ ਜੀ, ਅੱਜ ਉਹਦੇ ਬੱਚੇ ਜੋਬ 'ਤੇ, ਉਹ ਕਹਿੰਦਾ ਅਸੀਂ ਕਿੱਥੋਂ ਭਰਤੀ ਕਰਾ ਲੈਣੇ ਸੀਗੇ। ਠੀਕ ਹੈ ਜੀ, ਜੇ ਅੱਜ ਇਮਾਨਦਾਰੀ ਤਾਂ ਉਹ ਹੋਇਆ, ਨਹੀਂ ਤਾਂ ਬਾਈ ਉਹ ਹੀ ਜਾਂਦੇ ਤਾਂ ਵਿਚਾਰਿਆਂ ਦੀ ਵਾਰੀ ਨਹੀਂ ਸੀ ਆਉਂਦੀ ਜੀ। ਠੀਕ ਹੈ ਜੀ, ਤਕੜਾ ਤਕੜਾ ਹੋਈ ਜਾਂਦਾ ਸੀ ਦਿਨੋਂ ਦਿਨ, ਮਾੜਾ ਮਾੜਾ ਹੋਈ ਜਾਂਦਾ ਸੀ, ਅਤੇ ਇਹ ਸਿਸਟਮ ਚੱਲੀ ਜਾਂਦਾ ਸੀਗਾ। ਹੁਣ ਮਤਲਬ ਇੱਕ ਜਿਹੜੇ ਸੱਚੀ ਲੋੜਵੰਦ ਸੀ ਜਾਂ ਸੱਚੀ ਇੰਟੈਲੀਜੈਂਟ ਬੱਚੇ ਸੀਗੇ, ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਜੀ। ਬਾਕੀ ਤੁਹਾਨੂੰ ਮੈਂ ਆਪਣੇ ਹਲਕੇ ਦੀ ਨੇੜੇ ਦੀ ਗੱਲ ਦੱਸ ਦੇਣਾ, ਸੁਰਜੀਤਪੁਰੇ ਕੋਠਿਆਂ 'ਚ ਬਹੁਤ ਗਰੀਬ ਘਰ ਦੀਆਂ ਬੱਚੀਆਂ ਸੀ, 3 ਬੱਚਿਆਂ ਨੂੰ ਮਤਲਬ ਉੱਥੇ ਨੌਕਰੀ ਮਿਲੀ ਹੈ ਜੀ, ਇੱਕ ਘਰਦੇ ਨੂੰ, ਉਹਨਾਂ ਦੇ ਮੈਰਿਟ ਦੇ ਆਧਾਰ 'ਤੇ ਮਿਲੀ ਆ, ਉਹ ਕੋਈ ਸਿਫਾਰਸ਼ ਵਾਲੀ ਨਹੀਂ ਜਾਂ ਕੋਈ ਪੈਸਿਆਂ ਵਾਲੀ ਨਹੀਂ ਹੈਗੀਆਂ ਉਹ, ਜਾਂ ਆਪਣੇ ਜੱਜ ਸਾਹਿਬਾਨ ਬਣੇ ਹੋਏ ਨੇ ਭਰਤੀ, ਉਹਨਾਂ ਨੂੰ ਦੇਖ ਲਓ, ਨਹੀਂ ਉਹ ਕਿਹਦੀ ਪਹੁੰਚ ਸੀ ਜਿਹੜੇ ਬੱਚੇ ਬਣੇ ਨੇ, ਕਿ ਕੋਈ ਹੈਗਾ ਸੀ ਕੋਈ ਪੈਸੇ ਦੇ ਕੇ ਲੱਗਣ ਵਾਲਾ? ਨਹੀਂ, ਇਹਨਾਂ ਦੀ ਮੈਂ ਕਹਿਣਾ, ਜੇ ਆਮ ਆਦਮੀ ਪਾਰਟੀ ਸਰਕਾਰ ਨਾ ਹੁੰਦੀ, ਇਹ ਸਾਰੀ ਉਮਰ ਨਹੀਂ ਸੀ ਵਿਚਾਰੇ ਲੱਗ ਸਕਦੇ, ਕਿਉਂ ਨਾ ਇੰਨਾ ਪੈਸਾ ਹੋਣਾ ਸੀ, ਜਿਵੇਂ ਪਤੀ ਹੈ ਤੁਹਾਨੂੰ ਫੰਡ ਚੱਲਦਾ ਸੀਗਾ, ਨਾ ਇਹਨਾਂ ਤੋਂ ਫੰਡ ਹੋਣਾ ਸੀ, ਨਾ ਹੀ ਇੰਨੀਆਂ ਮਹਿੰਗੀਆਂ ਪੜ੍ਹਾਈਆਂ ਹੋਣੀਆਂ ਸੀਗੀਆਂ ਜੀ। ਇਹ ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਜਿਹਨੂੰ ਵੀ ਮਿਲ ਰਹੀਆਂ, ਤੇ ਅੱਗੇ ਵੀ ਤੁਹਾਡਾ ਫਿਰ ਇਹੀ ਰੁਟੀਨ ਚੱਲਣੀ ਹੈ? ਬਿਲਕੁਲ ਚੱਲੂ ਜੀ, ਬਿਲਕੁਲ। ਜਿਹੜਾ ਆਪਾਂ ਗੱਲ ਕਰੀਏ ਕਿ ਜਿਮਨੀ ਚੋਣ ਦੀ, ਹਾਂਜੀ, ਮੰਤਰੀ ਸਾਹਿਬ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਸਪੀਕਰ ਸਾਹਿਬ ਨੂੰ ਉਹਨਾਂ ਨੂੰ ਸੌਂਪ ਦਿੱਤਾ ਗਿਆ, ਹਾਂਜੀ, ਤੁਸੀਂ ਵੀ ਦਾਅਵੇਦਾਰ ਹੋ, ਹਾਂਜੀ, ਚਾਹਵਾਨ ਹੋ, ਠੀਕ ਹੈ ਜੀ, ਤੇ ਕੀ ਕਹਿਣਾ ਚਾਹੋਗੇ? ਨਹੀਂ ਮੇਰਾ ਤਾਂ ਨਹੀਂ, ਮੈਂ ਤਾਂ ਮੰਤਰੀ ਸਾਹਿਬ ਦੇ ਨਾਲ ਹੀ ਹਾਂ ਜੀ,
ਜੇ ਮੰਤਰੀ ਸਾਹਿਬ ਤੁਹਾਨੂੰ ਥਾਪੜਾ ਦਿੱਤਾ ਤਾਂ ਨਹੀਂ, ਜਿੱਥੇ ਸੇਵਾ ਲਾਉਂਦੇ ਅਸੀਂ ਤਾਂ ਉਹਨਾਂ ਤੋਂ ਤਾਂ ਮੈਂ ਕਦੇ ਵੀ ਨਹੀਂ ਪਾ ਸਕਦਾ ਜੀ। ਉਹ ਤਾਂ ਮੈਨੂੰ ਜੇ ਮਤਲਬ ਕਿਤੇ ਧੁੱਪੇ ਖੜਾ ਦੇਣਾ ਸੀ ਤਾਂ ਵੀ ਨਹੀਂ ਉਹ ਕਰਦੇ, ਮਤਲਬ ਇਹ ਕੋਈ ਉਹਨਾਂ ਨਾਲ ਮੇਰਾ ਲਿਹਾਜ਼ ਕਰਕੇ ਨਹੀਂ, ਉਹਨਾਂ ਦੇ ਕੰਮਾਂ ਕਰਕੇ ਆ ਜੀ। ਇੰਨਾ ਇਮਾਨਦਾਰ ਲੀਡਰ ਸਾਨੂੰ ਤਾਂ ਪਹਿਲੀ ਵਾਰ ਮਿਲਿਆ ਜੀ, ਅਸੀਂ ਨਹੀਂ ਇਹਨੂੰ ਖਵਾਉਣਾ ਚਾਹੁੰਦੇ ਜੀ। ਹਾਂ, ਸਾਡਾ ਤਾਂ ਇਹੀ ਲੀਡਰ, ਉਹ ਹੈ ਛੋਟਾ ਭਰਾ ਪਰ ਲੀਡਰ ਸਾਡਾ ਇਹੀ ਹੈ, ਇਹਦੇ ਨਾਲ ਹੀ ਚੱਲਣਾ ਇਸ ਤਰ੍ਹਾਂ ਜੀ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜੇ ਕੀ ਮੈਸੇਜ ਦੇਣਾ ਚਾਹੋਗੇ, ਜੇ ਆਪਾਂ ਗੱਲ ਕਰੀਏ ਲਾਸਟ ਪੜਾਅ 'ਤੇ ਆਪਾਂ ਆ ਗਏ, ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਲਈ, ਸ਼ਹਿਰ ਵਾਸੀਆਂ ਲਈ, ਮੰਤਰੀ ਸਾਹਿਬ ਵੱਲੋਂ? ਮੰਤਰੀ ਸਾਹਿਬ ਵੱਲੋਂ ਦੇਖੋ ਜੀ, ਕੰਮ ਆ, ਕਿਸੇ ਨੂੰ ਕੋਈ ਜਵਾਬ ਨਹੀਂ, ਕੋਈ ਮਰਜ਼ੀ ਜਦੋਂ ਮਰਜ਼ੀ ਆ, ਉਹ ਜਾਇਜ਼ ਕੰਮ ਹਰੇਕ 'ਤੇ ਹੁੰਦੇ ਵੀ ਆ ਅਤੇ ਹੁੰਦੇ ਵੀ ਰਹਿਣਗੇ ਜੀ। ਥੋੜ੍ਹਾ ਜਿਹਾ ਉਹਨਾਂ ਮਤਲਬ ਵਿੱਚ ਆਪਣੇ ਲੋਕਾਂ ਕਈ ਵਾਰ ਕਾਹਲੀ ਹੋ ਜਾਂਦੀ ਆ, ਠੀਕ ਹੈ ਜੀ, ਉਹ ਬਣਦੀ ਵੀ ਹੈ ਕਾਹਲੀ ਕਰ ਕਿਤੇ ਨਾ ਕਿਤੇ। ਜਦੋਂ ਉਹ ਸੜਕ ਸੀਗਾ ਉਹ ਤਾਂ ਫੰਡਿੰਗ ਨਹੀਂ ਸੀਗੀ ਆਪਣੇ ਪਫਾਰਾ ਚੌਂਕ ਵਾਲੀ ਜੀ, ਉਹ ਦੇਖੋ ਪਵਾਈ ਹੈ ਜੀ ਇਹਨਾਂ ਮੰਤਰੀ ਸਾਹਿਬ ਨੇ, ਉਹ ਕਹਿੰਦੇ 12 ਸਾਲ ਬਾਅਦ ਸੁਣੀ ਗਈ ਸੜਕ ਦੀ। ਹਾਂਜੀ ਹਾਂ, ਉਹ ਤਾਂ ਫੰਡ ਹੀ ਨਹੀਂ ਸੀ ਹੈਗਾ ਜੀ, ਉਹ ਫਿਰ ਸੀਐਮ ਸਾਹਿਬ ਨੂੰ ਸਪੈਸ਼ਲੀ ਕਹਿ ਕੇ ਕਰਵਾਈ ਹੈ ਜੀ ਉਹ। ਮਤਲਬ ਹੌਲੀ ਹੌਲੀ ਹੋ ਹੀ ਜਾਂਦੇ ਆ ਕੰਮ, ਜਿਹੜੇ ਜਿਵੇਂ ਹੁਣ ਹੰਡਿਆ 'ਚ ਸਫਾਈ ਦੀ ਬਹੁਤ ਦਿੱਕਤ ਸੀ, ਉੱਥੇ ਕਰਵਾਈ ਹੈ ਜੀ, ਅਤੇ ਮਸ਼ੀਨਾਂ ਉੱਥੇ ਮਤਲਬ ਜਿਹੜੀਆਂ ਹੁਣ ਨਵੀਆਂ ਆ ਰਹੀਆਂ ਆਧੁਨਿਕ ਮਸ਼ੀਨਾਂ, ਉਹਨਾਂ ਤੋਂ ਸਫਾਈ ਕਰਵਾਈ ਹੈ ਅਸੀਂ ਬਰੇਜ ਦੀ। ਅਤੇ ਮਤਲਬ ਆਪਣੇ ਜਿਹੜਾ ਆਹ ਹਲਕਿਆਂ 'ਚ ਤਾਂ ਛੱਡਣਾ ਹੀ ਨਹੀਂ ਗਾ ਜੀ ਕੋਈ, ਮਤਲਬ ਵੀ ਸਿੰਗਲ ਘਰ 20 ਕਿਲੋਮੀਟਰ ਜਾ ਕੇ ਉੱਥੋਂ ਤੱਕ ਵੀ ਸੀਵਰੇਜ ਜਾਣਾ ਜੀ। ਹਾਂਜੀ, ਸਵੱਛ ਭਾਰਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੇਨ ਮੋਟਿਵ ਸੀ ਅਤੇ ਕਿਹੜੇ ਕਿਹੜੇ ਮੁੱਦੇ ਸੀਗੇ, ਅਤੇ ਤੁਸੀਂ ਪੰਜਾਬ ਸਰਕਾਰ ਨੇ ਪਹਿਲਧਾਰ 'ਤੇ ਕੀ ਕੀਤਾ? ਇਹਦੇ ਮੁੱਦੇ ਹੈਗੇ ਜਿਹੜੇ ਅਸਲੀ ਹੀਰੋ ਨੇ ਜੀ, ਜਿਹੜੇ ਵਿਚਾਰੇ ਸੀਵਰੇਜ ਸਾਫ਼ ਕਰਦੇ ਆ, ਉਹਨਾਂ ਨੂੰ ਕੋਈ ਨਹੀਂ ਸੀ ਸਹਿਣ ਦਾ ਜੀ, ਠੀਕ ਹੈ। ਉਹ ਵਿਚਾਰੇ ਤੁਸੀਂ ਦੇਖ ਲਓ ਜਿੱਥੋਂ ਆਪਾਂ ਖੜ ਵੀ ਨਹੀਂ ਸਕਦੇ, ਉਹ ਸੀਵਰੇਜ ਦੇ ਵਿੱਚ ਵੜ ਕੇ ਸਫਾਈਆਂ ਕਰਦੇ ਸੀਗੇ ਜੀ। ਪਹਿਲਾਂ ਤਾਂ ਉਹ ਪੱਕੇ ਕੀਤੇ ਆ ਜੀ, ਜਿਹੜਾ ਕਿ ਉਹਨਾਂ ਦਾ ਹੱਕ ਸੀ, ਠੀਕ ਹੈ ਜੀ, ਠੀਕ ਹੈ ਜੀ। ਨਾਲੇ ਉਹ ਤਾਂ ਠੇਕੇਦਾਰੀ ਸਿਸਟਮ ਨਾਲ ਜੁੜੇ ਹੋਏ ਸੀਗੇ ਜੀ। ਨਹੀਂ ਫਿਰ ਹੁਣ ਪੱਕੇ ਤਾਂ ਕਰਨੇ ਹੀ ਸੀਗੇ ਜੀ, ਉਹ ਬਹੁਤ ਟਾਈਮ ਦੀ ਉਹਨਾਂ ਦੀ ਮੰਗ ਚੱਲੀ ਆ ਰਹੀ ਸੀ, ਵਿਚਾਰੇ ਕਦੇ ਧਰਨੇ ਦਿੰਦੇ ਸੀ, ਕੁਛ ਕਰਦੇ ਸੀ, ਉਹਨਾਂ ਨਾਲ ਵਾਅਦਾ ਕਰਿਆ ਸੀਗਾ, ਠੀਕ ਹੈ ਜੀ, ਉਹਨਾਂ ਦਾ ਪੂਰਾ ਕਰਿਆ ਜੀ, ਠੀਕ ਹੈ। ਦੂਜੀ ਗੱਲ ਹੁਣ ਸਾਡੇ ਬਰਨਾਲੇ 'ਚ ਆ ਜੀ, ਧਨੌਲੇ ਨੂੰ ਵੀ ਹੰਢਾਇਆ, ਹੁਣ ਉਹਨਾਂ ਨੂੰ ਨਵੀਆਂ ਗੱਡੀਆਂ ਲੈ ਕੇ ਦਿੱਤੀਆਂ, ਨਵੀਆਂ ਜਿਹੜੇ ਮਤਲਬ ਨਹੀਂ ਟਰੱਕ ਹੁੰਦੇ ਆ, ਉਹਨਾਂ 'ਚ ਨਾਲ ਹੁਣ ਦਿੱਤਾ ਜੀ ਇੱਕ ਮਤਲਬ ਸੁੱਕੇ ਕੂੜੇ ਲਈ ਆ, ਉਹਦੇ 'ਚ ਦੋ ਵਰਕਰ ਵੀ ਸੌਖੇ ਨੇ, ਉਹਨਾਂ ਨੂੰ ਸਫਾਈ ਕਰਨੀ ਬੜੀ ਔਖੀ ਸੀ ਅੱਗੇ, ਉਹਨਾਂ ਚੋਂ ਅਲੱਗ ਕਰਨਾ ਦੋਨੇ ਚੀਜ਼ਾਂ, ਤੇ ਉਹ ਚੀਜ਼ ਨਾਲ ਮਤਲਬ ਹੱਲ ਬਹੁਤ ਵੱਡਾ ਹੋਊ ਜੀ, ਉਹਦਾ ਮਤਲਬ ਹੁਣ ਉਹਦੀ ਬਾਇਓ ਖਾਦ ਬਣਨ ਲੱਗ ਗਈ, ਜਿਹੜਾ ਕੂੜਾ ਸੀ ਮਤਲਬ ਉਹ ਕਰਕੇ ਨਹੀਂ, ਪਹਿਲਾਂ ਉਹ ਗਿੱਲਾ ਸੁੱਕਾ ਇਕੱਠਾ ਗਾਹ ਪੈ ਜਾਂਦਾ ਸੀ ਵਿੱਚ ਹੀ, ਉਹਦੇ ਕੀ ਕੁਝ ਜਾਈ ਜਾਂਦਾ ਸੀ, ਉਹ ਚੀਜ਼ ਦਾ ਬੜਾ ਵਧਾ ਸੁਧਾਰ ਕੀਤਾ ਜੀ। ਤੇ ਬਾਕੀ ਪੱਕੇ ਹੋਣ ਨਾਲ ਹੁਣ ਉਹਨਾਂ 'ਚ ਉਤਸ਼ਾਹ ਵੀ ਬੜਾ ਜੀ, ਕੰਮ ਕਰਨ ਦਾ ਤਾਂ ਜਜ਼ਬਾ ਖੈਰ ਪਹਿਲਾਂ ਵੀ ਸੀ ਉਹਨਾਂ 'ਚ, ਤੇ ਪਰ ਇੱਕ ਉਹਨਾਂ ਨੂੰ ਪਹਿਲਾਂ ਉਮੀਦ ਨਹੀਂ ਸੀ ਵੀ ਅਸੀਂ ਕਿਤੇ ਪੱਕੇ ਵੀ ਹੋਵਾਂਗੇ, ਤੇ ਹੁਣ ਤਾਂ ਉਹਨਾਂ ਨੇ ਹੋਰ ਵੀ ਹੁਣ ਪਤਾ ਹੀ ਲੱਗਦਾ ਜੀ, ਖਾਸ ਕਰ ਬਰਨਾਲੇ ਤਾਂ ਇਹ ਹੱਲ ਹੋਣ ਵਾਲੇ ਮੁੱਦਾ ਨਹੀਂ ਸੀਗਾ, ਜਗ੍ਹਾ ਜਗ੍ਹਾ ਤੁਹਾਨੂੰ ਕੂੜੇ ਦੇ ਕਿੱਡੇ ਕਿੱਡੇ ਢੇਰ ਮਿਲਦੇ ਆ, ਐਸਡੀ ਦੇ ਕੋਲੇ ਸਰਕਾਰੀ ਹਸਪੀਟਲ ਕੋਲੇ, ਕੱਚਾ ਕਾਲਜ ਰੋਡ ਤੇ, ਆਹ ਇੱਥੇ ਹੁੰਦਾ ਸੀ ਹੰਡਾਇਆ ਰੋਡ ਤੇ ਸੀਗੇ ਦੋ ਕੂੜੇ ਜੀ, ਮਤਲਬ ਖੜਨਾ ਔਖਾ ਸੀ ਲੋਕਾਂ ਦਾ ਜੀ, ਉੱਥੇ ਵਿਚਾਰੇ ਨਾ ਟ੍ਰੈਡੈਂਟ ਜਾਂਦੇ ਨੇ ਜਿਹੜੇ ਲੋਕ, ਉਹਨਾਂ ਨੂੰ ਤਕਰੀਬਨ ਬੱਸਾਂ ਵੀ ਉਹਨਾਂ ਦੇ ਨੇੜੇ ਤੇੜੇ ਖੜਦੀਆਂ ਸੀਗੀਆਂ, ਉੱਥੇ ਉਹਨਾਂ ਦਾ ਖੜਨਾ ਦੁੱਭਰ ਹੋ ਜਾਂਦਾ ਜਿਹੜਾ 10-20 ਮਿੰਟ ਉਹਨਾਂ ਨੂੰ ਖੜਨਾ ਪੈਂਦਾ ਸੀ ਜੀ, ਹੁਣ ਸਾਰੇ ਚੱਕੇ ਗਏ ਜੀ, ਇਹ ਕਦੇ ਵੀ ਨਹੀਂ ਸੀ ਹੱਲ ਹੋਣ ਵਾਲਾ ਮੁੱਦਾ। ਪ੍ਰਧਾਨ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਲਾਨ, ਵੱਡਾ ਵਾਅਦਾ ਕੀਤਾ ਗਿਆ ਸੀ ਕਿ ਮੋਟਰਾਂ ਕਿਸਾਨ ਆਪ ਬੰਦ ਕਰਨਗੇ, ਹਾਂਜੀ, ਝੋਨੇ ਦਾ ਸੀਜ਼ਨ ਆ ਗਿਆ, ਇਹ ਸੀਐਮ ਸਾਹਿਬ ਨੇ ਵਾਅਦਾ ਵੀ ਕੀਤਾ ਸੀਗਾ ਜੀ ਤੇ ਉਪਗਾਇਆ ਵੀ ਆ ਜੀ। ਅੱਜ ਹਰੇਕ ਜ਼ਿਮੀਂਦਾਰ ਉੱਠ ਕੇ ਪਹਿਲਾਂ ਸੀਐਮ ਸਾਹਿਬ ਨੂੰ ਯਾਦ ਕਰਦਾ ਜੀ, ਸੱਚੀ ਬੰਦ ਹੋਣ ਲੱਗ ਗਈਆਂ ਜੀ, ਮੇਰੀ ਉਮਰ ਹੋ ਗਈ ਲਗਭਗ 40-42 ਸਾਲ ਹੈ, ਮੈਂ ਆਪਦੀ ਸੁਰਤ 'ਚ ਜਿੱਥੇ ਪਾਣੀ ਨਹੀਂ ਸੀ ਦੇਖਿਆ ਕਦੇ,
ਵੀ ਸਾਡੇ ਗਾਂਹ ਪੈ ਜਾਂਦੇ ਆ ਖੇਤ 'ਚ, ਹੋਰ ਸਾਡੇ ਮਤਲਬ ਚਾਰ ਦੋਸਤ ਇਹਨਾਂ ਦੇ ਆ। ਮੈਂ ਉੱਥੇ ਕਦੇ ਖਾਲ ਵੀ ਨਹੀਂ ਸੀ ਬਣਾਉਂਦਾ, ਕਿਉਂ ਸੁਣਦੇ ਹੁੰਦੇ ਜਾਂ ਕਈ ਵਾਰ ਨਕਸ਼ਾ ਚੱਕਦੇ ਉਹ 'ਚ ਦੇਖਦੇ ਹੁੰਦੇ ਸੀ ਵੀ ਇੱਥੋਂ ਦੀ ਖਾਲ ਲੱਗਿਆ ਵਿਆ, ਅੱਜ ਉੱਥੇ ਪਾਣੀ ਹੈ, ਸੱਚੀ ਮੋਟਰਾਂ ਬੰਦ ਕਰਕੇ ਆਉਣੇ ਆ। ਸਹੀ ਗੱਲ ਕਹਿ ਰਹੇ ਹੋ, ਬਿਲਕੁਲ ਜੀ, ਮੇਰੀ ਆਪਦੀ ਮੋਟਰ ਮੈਂ ਹਾਲੇ ਚਲਾਈ, ਖਾਲਾਂ ਬਣਾਤੀ ਸਾਰੀਆਂ। ਹਾਂ ਪੱਕੀਆਂ ਜੀ, ਜਿੱਥੇ ਮਤਲਬ ਪੈਪ ਲੈਣ ਪੈਣ ਵਾਲੇ ਸੀ ਆ, ਹੁਣ ਜਿੱਥੇ ਆਪਾਂ ਬੈਠੇ ਆ ਦੀ ਬੈਕ ਤੇ ਦੇਖ ਲਓ, ਇਹ ਲਗਭਗ ਜ਼ਿਲ੍ਹੇ ਦਾ ਲਗਭਗ ਸਾਰੀਆਂ ਪੈ ਗਈਆਂ, ਕੁਝ ਪਰਸੈਂਟ ਰਹਿੰਦੇ ਉਸ ਬਸ ਚੱਲੀ ਜਾਂਦਾ ਜੀ ਕੰਮ। ਹੁਣ ਉੱਥੇ ਹਾਂ ਦਿੱਕਤ ਕੀ ਹੈ, ਜਿੱਥੇ ਹੁਣ ਵੀ ਇੰਨਾ ਇਕੱਠਾ ਕੰਮ ਚੱਲ ਪਿਆ ਜੀ, ਮਤਲਬ ਪੈਪ ਨਹੀਂ ਪੂਰਾ ਹੋ ਰਿਹਾ, ਉਹ ਜਿਵੇਂ ਜਿਵੇਂ ਪੈਪ ਆਈ ਜਾਂਦਾ ਉਵੇਂ ਉਵੇਂ ਮਤਲਬ ਪਈ ਜਾਂਦੇ ਆ। ਆ ਜਿੱਥੇ ਆਪਾਂ ਬੈਠੇ ਆ ਡੀ ਸਾਹਿਬ ਦੀ ਕੋਠੀ ਦੇ ਵਿੱਚ ਦੀ ਲੰਘਦਾ ਹੁੰਦਾ ਸੀ ਉਹਨਾਂ ਦੇ ਪਾਰਕ ਵਿੱਚ ਦੀ ਆ ਖਾਲ, ਇੱਥੋਂ ਬੰਦ ਸੀ ਆ ਰੈਸਟ ਹਾਊਸ ਦੇ ਵਿੱਚੋਂ, ਸਾਰੇ ਚੀਜ਼ 'ਚ ਪੈਪ ਲਾਈਨ ਪਈ ਆ ਜੀ, ਤੇ ਪਿੱਛੋਂ ਆ ਜਿਹੜੀ ਆ ਮਤਲਬ ਕੱਸੀ ਆਉਂਦੀ ਸੀ ਇਹ ਬਾਜ਼ਾਰ ਵਿੱਚ ਦੀ ਆਉਂਦੀ ਸੀ ਆਪਣੇ ਅਤਰੌਲਾ ਰੋਡ ਨੂੰ ਕੱਟ ਕੇ ਲੰਘਦੀ ਹੈਗੀ, ਇਹ ਸਾਰੀ ਚੀਜ਼ 'ਚ ਪੈਪ ਲਾਈਨ ਪਈ ਆ, ਮਤਲਬ ਪ੍ਰੋਟੈਕਟ ਹੀ ਆ। ਨਹੀਂ ਅੱਗੇ ਇਹ ਕੱਸੀ ਚੱਲਦੀ ਨਹੀਂ ਹੁੰਦੀ, ਕਿਉਂ ਲੋਕ ਲਫਾਫੇ ਸਿੱਟੀ ਜਾਂਦੇ ਸੀਗੇ, ਉਹ ਆ ਕੇ ਕਿਤੇ ਨਾ ਕਿਤੇ ਬੰਦ ਹੋ ਜਾਂਦੇ ਸੀ ਅੱਗੇ ਜੀ, ਤੇ ਮਤਲਬ ਕੱਸੀ ਟੁੱਟੀ ਜਾਂਦੀ, ਕਿਤੇ ਘਰ ਬਹਿ ਗਏ, ਕਿਤੇ ਕੁਛ ਹੋ ਗਿਆ, ਇਹਦਾ ਪੱਕੀ ਹੱਲ ਕਰਤਾ ਜੀ, ਤੁਸੀਂ ਲੰਘੇ ਵੀ ਹੋਵੋਗੇ। ਹੁਣ ਉਹਦੇ ਉੱਪਰ ਰੋਡ ਬਣ ਗਿਆ ਤੇ ਬਰਨਾਲੇ ਦਾ ਨਕਸ਼ਾ ਹੀ ਕੁਛ ਹੋਰ ਬਣ ਗਿਆ ਜੀ, ਹਾਂਜੀ, ਤੇ ਨਾਲੇ ਪਾਣੀ ਜ਼ਿਆਦਾ ਜਾਣ ਲੱਗ ਗਿਆ ਜੀ, ਜਿੱਥੇ ਮੈਂ ਟੀਲਾਂ ਤੇ ਤਾਂ ਦਿਖੇ ਨਹੀਂ ਸੀ ਕਿਤੇ ਪਾਣੀ, ਸੁਪਨਾ ਹੀ ਨਹੀਂ ਸੀਗਾ ਵੀ ਵਿੱਚ ਪਾਣੀ ਆਊਗਾ ਕਿਤੇ, ਕੋਈ ਖਾਲ ਢਹਿ ਗਏ ਸੀ, ਇੱਟਾਂ ਉੱਟਾਂ ਲੈ ਗਏ ਸੀ ਲੋਕ ਚੱਕ ਕੇ। ਇੱਕ ਹੋਰ ਮੁੱਦਾ ਚੱਲ ਰਿਹਾ ਜੀ, ਆਪਾਂ ਗੱਲ ਕਰੀਏ ਜੀ ਕਲੋਨੀਆਂ ਦੀਆਂ, ਐਨਓਸੀ ਦੀਆਂ, ਹਾਂਜੀ, ਐਨਓਸੀ ਖਤਮ ਕਰਤੀ ਪਰ ਹਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਹਾਂਜੀ, ਸ਼ਹਿਰ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ, ਬਸ ਜਲਦੀ ਹੱਲ ਹੋ ਜਾਣਾ ਜੀ। ਜੀ ਮੇਰੀ ਕੱਲ ਹੀ ਮਤਲਬ ਇਹ ਸਭ ਨਾਲ ਗੱਲ ਹੋਈ ਸੀ, ਅਸੀਂ ਉੱਥੇ ਦਫ਼ਤਰ ਬੈਠੇ ਸੀਗੇ ਜੀ, ਕਿਸੇ ਹੋਰ ਮੁੱਦੇ ਤੇ ਸੀਗੀ ਮੀਟਿੰਗ ਤਾਂ, ਪਰ ਕੱਲ ਗੱਲ ਹੋਈ ਆ ਉਸ ਜੀ ਸਾਹਿਬ ਵੀ ਨਾਲ ਸੀਗੇ, ਤੇ ਉਹ ਬਹੁਤ ਜਲਦੀ ਹੋ ਰਿਹਾ ਜੀ ਹੱਲ ਦਾ। ਪ੍ਰਧਾਨ ਸਾਹਿਬ ਜੇ ਗੱਲ ਕਰੀਏ ਆਪਾਂ ਵਪਾਰੀ ਵਰਗ ਦੀ, ਹਾਂਜੀ, ਵਪਾਰੀ ਵਰਗ ਲਈ ਤੁਹਾਡੇ ਟਰੱਕ ਯੂਨੀਅਨ ਵੱਲੋਂ ਕੀ ਸਹੂਲਤਾਂ ਦਿੱਤੀ ਜਾ ਰਹੀ ਹੈ? ਇਹ ਵਪਾਰੀ ਵਰਗ ਦਾ ਜੀ ਪਹਿਲਾਂ ਬਹੁਤ ਜ਼ਿਆਦਾ ਮਤਲਬ ਯੂਨੀਅਨ ਦਾ ਤੇ ਵਪਾਰੀਆਂ ਦਾ ਟਕਰਾਅ ਵਾਲੀ ਮਾਹੌਲ ਹੀ ਰਹਿੰਦਾ ਸੀ ਜੀ, ਠੀਕ ਹੈ ਜੀ। ਹੁਣ ਅਸੀਂ ਕੀ ਹੈ, ਕਦੇ ਥੋਪੇ ਨਹੀਂ ਗਏ ਜੀ ਰੇਟ, ਨਾ ਹੀ ਆਪਰੇਟਰਾਂ ਤੇ ਨਾ ਹੀ ਵਪਾਰੀਆਂ ਤੇ ਜੀ, ਜੀ ਜਿੱਦੇ ਉਹ ਹੁੰਦੇ ਆ ਰੇਟ ਹੁੰਦੇ ਨੇ ਜੀ, ਕੋਈ ਵੀ ਮਤਲਬ ਕੋਈ ਕਣਕ ਨਿਕਲਣੀ ਆ, ਕੋਈ ਜੀਰੀ ਨਿਕਲਣੀ ਆ, ਚੌਲ ਨਿਕਲਣੇ ਆ, ਸਾਡੇ ਕੋਲ ਦੁਨੀਆਂ 'ਚ ਵੀ ਨੇ ਮਤਲਬ ਆਪਰੇਟਰ ਵੀ ਨੇ ਵਪਾਰੀ ਵੀ ਨੇ, ਅਸੀਂ ਉਹਨਾਂ ਨੂੰ ਵਿੱਚ ਬਿਠਾਉਣੇ ਆ। ਪਹਿਲਾਂ ਕੀ ਕਰਦੇ, ਪ੍ਰਧਾਨ ਨੇ ਰੇਟ ਕਰ ਲਿਆ ਤੇ ਉਹ ਚੱਕ ਕੇ ਮਤਲਬ ਆਪਰੇਟਰਾਂ ਤੇ ਥੋਪ ਦਿੰਦੇ ਸੀ ਵੀ ਲਓ ਜੀ ਆਹ ਰੇਟ ਤੇ ਢੋ ਦਿਓ, ਉਹ ਘੱਟ ਆ ਵੱਧ ਆ, ਉਹ ਜੇ ਕੋਈ ਪਹਿਲਾਂ ਸੈਟਿੰਗ ਹੁੰਦੀ ਪੜਦਾ, ਹਾਂਜੀ ਹਾਂ, ਆਪਣੇ ਘਰਾਂ ਲਈ ਜਾਂ ਹੋਰਾਂ ਲਈ, ਇੱਕ ਅੱਧਾ ਫਾਲਤੂ ਖਰਚਿਆਂ ਲਈ, ਹਾਂਜੀ, ਤੇ ਹੁਣ ਇੱਕ ਅੱਧਾ ਬੋਲਣ ਵਾਲਾ ਹੁੰਦਾ ਸੀਗਾ ਵੀ ਤੁਸੀਂ ਇਹ ਰੇਟ ਘੱਟ ਕਰਿਆ, ਉਹ ਕਹਿੰਦੇ ਤੂੰ ਨਾ ਢੋ, ਮੂਹਰੇ ਹੋਰ ਬੈਠੇ ਹੁੰਦੇ ਸੀ ਲੋੜਵੰਦ ਨੇ ਜੀ ਵਿਚਾਰੇ, ਤੁਸੀਂ ਐਂ ਲੈ ਲਓ 100-150 ਗੱਡੀ ਤਾਂ ਇਹ ਜੀ ਹੈਂਡ ਟੂ ਮਾਊਥ ਵਾਲਾ ਸਿਸਟਮ ਆ ਉਹਨਾਂ ਦਾ, ਠੀਕ ਹੈ ਜੀ। ਕਦੇ ਮੈਂ ਰੇਟ ਆਪ ਨਹੀਂ ਕਰੇ ਜੀ, ਬਹਿ ਕੇ ਵਪਾਰੀ ਬੰਦੇ ਬਿਠਾਉਣਾ, ਨਾਲ ਆਪਦੀ ਯੂਨੀਅਨ ਦੇ ਬੰਦੇ ਬਿਠਾਉਣਾ, ਤੇ ਸਾਡੇ ਮੁਨਸ਼ੀ ਬਹਿੰਦੇ ਆ, ਮੈਂ ਰੇਟ ਸਿਰਫ ਜਿੱਥੇ ਆ ਕੇ ਗੱਲ ਕੱਢਦੀ ਮੰਨ ਲਓ 20 ਰੁਪਏ ਦਾ ਫਰਕ ਪੈ, ਸਾਰੇ ਇਕੱਠੇ ਪੈਣੇ, ਮੈਂ ਉੱਥੇ 10-10 ਕਰਕੇ ਮੈਂ ਤਾਂ ਵਿਚਾਲੋ ਨੂੰ ਵੇਟ ਦਿੰਦਾ ਵੀ ਲਓ ਯਾਰ ਇੱਥੇ ਜੀ ਰੱਖ ਦਿਓ, ਠੀਕ ਹੈ ਜੀ। ਮਤਲਬ ਰੇਟ ਨਾ ਤਾਂ ਆਪਰੇਟਰਾਂ ਤੇ ਟੁੱਟ ਜਾਂਦੇ ਹੁੰਦੇ ਸੀਗੇ ਬੰਦ ਦਰਵਾਜ਼ੇ 'ਚ ਬੰਦ ਕਮਰੇ 'ਚ, ਹਾਂਜੀ, ਤੇ ਹੁਣ ਸਾਰਾ ਕੁਝ ਓਪਨ ਹੀ ਹੋਣ ਲੱਗਾ, ਯੂਨੀਅਨ 'ਚ ਬਹਿ ਕੇ ਜੀ, ਬਾਹਰ ਬਹਿ ਕੇ ਲੋਕਾਂ 'ਚ ਬਹਿ ਕੇ, ਜਿੱਥੇ ਹੁੰਦਾ ਵੀ ਵਪਾਰੀ ਨੂੰ ਵੀ ਨਾ ਮਾਰ ਪਵੇ ਤੇ ਮਤਲਬ ਆਪਰੇਟਰਾਂ ਨੂੰ ਵੀ ਨਾ ਮਾਰ, ਵਪਾਰੀ ਖੁਸ਼ ਨੇ, ਵਪਾਰੀ ਪੂਰੇ ਖੁਸ਼ ਨੇ ਜੀ, ਜੀ ਕੋਈ ਇੱਕ ਲੰਬਾ ਨਹੀਂ ਆ ਵਪਾਰੀ ਦਾ ਕਿਸੇ ਦਾ, ਕੋਈ ਬਰਨਾਲੇ ਦੇ ਜਿਹੜਿਆਂ ਨੂੰ ਮਰਜ਼ੀ ਪਵੇ, ਕੋਈ ਦੀਪ ਵਾਲੇ ਨੇ ਜਾਂ ਕੋਈ ਆ ਘਨੱਈਆ ਵਾਲੇ ਨੇ, ਜੋ ਵੀ ਆ ਟ੍ਰਾਈਡੈਂਟ ਨਾਲ ਸਾਡੇ ਵਧੀਆ ਨੇ ਸਹਿਜਾਰ, ਉਹਨਾਂ ਤੋਂ ਵੀ ਰੇਟ, ਉਹਨਾਂ ਤੋਂ ਚਲੋ ਲੱਗਣੀ ਬੋਲੀ ਤੇ ਆ ਜੀ, ਉਸ ਜਿਹੜੇ ਮਤਲਬ ਚੰਗੀ ਲੱਗਦਾ ਬੋਲੀ, ਇਹ ਨਹੀਂ ਹੈਗਾ ਵੀ ਇੰਨੇ ਢੋਵਾਂਗੀ ਢੋਵਾਂਗੇ, ਸਾਨੂੰ ਜਿਹੜੇ ਰੇਟ ਚੰਗੇ ਲੱਗਦੇ ਅਸੀਂ ਇਸ ਦੇ ਉਹ ਲੈਂਦੇ ਹਾਂ, ਇਹ ਅਸੀਂ ਢੋ ਸਕਦੇ, ਦੂਜਿਆਂ ਦੇ ਰੇਟ ਭਾਈ ਅੱਪ ਕਰ ਲਓ ਜਾਂ ਉਹ ਕਰ ਲਓ, ਵੀ ਉਹ ਨਹੀਂ ਅਸੀਂ ਢੋ ਸਕਦੇ। ਅਤੇ ਜਿਹੜੀਆਂ ਹੋਰ ਛੋਟੀਆਂ ਫੈਕਟਰੀਆਂ ਨੇ ਉਹਨਾਂ ਨਾਲ ਵਾਜਬ ਰੇਟ ਆ, ਵੀ ਸਾਡੇ ਵੀ ਆਪਰੇਟਰਾਂ ਤੇ ਵੀ ਨਾ ਮਾਰ ਪਵੇ ਤੇ ਵਪਾਰੀ ਵੀ ਨਾ ਮਾਰਿਆ ਜਾਵੇ ਜੀ, ਕਿਉਂਕਿ ਵਪਾਰੀਆਂ ਦਾ ਵੀ ਸਿਸਟਮ ਹੁਣ ਕੀ ਹੈ ਜੀ, ਉਹਨਾਂ ਦਾ ਵੀ ਕੰਪੀਟੀਸ਼ਨ ਆ,
ਉਹ ਕੰਪੀਟੀਸ਼ਨ ਉਹਨਾਂ ਦਾ ਕਿਤੇ ਨਾ ਕਿਤੇ ਰੇਟ ਤੇ ਆ ਕੇ ਟੁੱਟ ਜਾਂਦਾ। ਕੋਈ ਮਾਰਜਨ ਬਹੁਤ ਥੋੜੇ ਰਹਿ ਗਏ, 5-10 ਰੁਪਈਆਂ ਦਾ ਫਰਕ ਹੁੰਦਾ। ਉਹ ਜਦੋਂ ਰੇਟ ਹੀ ਇੰਨਾ ਮੰਗ ਲੈਂਦੇ ਆ, ਜਾਂ ਅੱਗੇ ਰੇਟ ਜਾਂਦਾ ਨਹੀਂ ਸੀਗਾ ਮਤਲਬ ਆਪਰੇਟਰਾਂ ਨੂੰ, ਬਿਲਕੁਲ ਹੁਣ ਜਦੋਂ ਰੇਟ ਜਾਣੀ ਸਾਰਾ ਆਪਰੇਟਰ ਨੂੰ, ਤਾਂ ਜਾਹਰ ਜੀ ਲਓ ਉਸ ਫਿਰ ਸੈਟਿੰਗ ਹੋਣੀ ਹੋਣੀ ਆ, ਜਦੋਂ ਵਿੱਚ ਸੰਨ ਨਹੀਂ ਲੱਗਦਾ। ਉਹ ਜੇ ਵਿੱਚ ਸੰਨ ਲੱਗੂਗਾ ਤਾਂ ਹੀ ਜਾ ਕੇ ਦੋਨਾਂ ਦੀ ਫਰਕ, ਵਿਚੋਲੇ ਖਤਮ ਕਰਤੇ, ਵਿਚੋਲਾ ਖਤਮ ਹੋ ਗਿਆ ਜੀ। ਲੋਕ ਹੀ ਰੇਟ ਕਰਦੇ ਨੇ, ਇਸ ਤਾਂ ਵਿੱਚ ਆ ਕੇ ਸਿਰਫ ਜਦੋਂ ਐਂਡ ਤੇ ਗੱਲ ਅੜ ਜਾਂਦੀ ਹੈ 10-20 ਰੁਪਈਆਂ ਤੇ, ਅੱਧ ਅੱਧ ਕਰਕੇ ਮੈਂ ਤਾਂ ਉਹ ਨਿਬੇੜਦਾ। ਇੰਨਾ ਕੁ ਰੋਲ ਹੁੰਦਾ ਮੇਰਾ, ਜਿਹੜਾ ਰੋਲ ਪ੍ਰਧਾਨ ਦਾ। ਹਾਂਜੀ ਹਾਂ, ਵੀ ਪਹਿਲਾਂ ਕੋਈ ਥੋਪਦੇ ਨੀ ਗੇ ਵੀ ਇਹ ਇੰਨੇ ਤੇ ਢੋਣਾ ਪਊਗਾ ਤੁਹਾਨੂੰ, ਜਾਂ ਵਪਾਰੀਆਂ ਤੇ ਥੋਪਦਾ ਜਿਸ ਤਾਈਂ ਤੂੰ ਘੱਟ ਨਹੀਂ ਉਹ ਕਰਨਾ, ਇਹ ਚੀਜ਼ਾਂ ਨਹੀਂ ਰਹੀਆਂ।